मेरे नाल अज बैठा जस्सा जसकीरत खाड़े वाला मेरा मित्र है ते ना जदों भी साड़ी गल हो फोन ते मैनू कहूगा ना यार यार शेयर मार्केट की साड़ी गल हुंदी हुंदी आपस विच असल च मैनू पता कुछ नहीं इहदे बारे ते मैं ना इहनू अक्सर ही कहिंदा हुंदा भी जिद्दे आपां गल कीती ना ते सज्जणा कैमरे ते करांगे बहि के ते आपां मैं कल्ला नहीं जानकारी लऊंगा ते जानकारी आपां सारे ही लवांगे अज शेयर मार्केट बारे जानकारी लवांगे। सुनिया होगा बड़िया ने ते बड़िया ने पैसे खराब भी किए होंगे। पिंडां दे विच आम तौर पर शेयर मार्केट नूं जुआ समझा जाता भी ये जुआ है जिन्हों शेयर मार्केट का मतलब कह दें भी शेयर मार्केट च पैसे डुब गए ऐं सुनिया हुण तक आपां पर शेयर मार्केट चो बड़े लोग करोड़ां पति बने भी आ। जे आपां हिस्टरी चक्कीए ना बहुत अमीर लोगों की ਤਾਂ ਉਹਨਾਂ ਨੇ ਸ਼ੇਅਰ ਮਾਰਕੀਟ ਦੇ ਵਿੱਚੋਂ ਰੁਪਈਆ ਕਮਾਇਆ ਵੀ ਬਹੁਤ ਆ। ਵੱਡੀਆਂ ਵੱਡੀਆਂ ਲੋਕ ਕੰਪਨੀਆਂ ਦੇ ਮਾਲਕ ਵੀ ਸ਼ੇਅਰ ਮਾਰਕੀਟ ਦੇ ਵਿੱਚੋਂ ਬਣੇ ਆ। ਪਰ ਸ਼ੇਅਰ ਮਾਰਕੀਟ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਸ਼ੇਅਰ ਮਾਰਕੀਟ ਐਂ ਨੀਗਾ ਕਿ ਬਈ ਰੁਪਈਏ ਘਰੋਂ ਚੱਕਿਆ ਝੋਲਾ ਭਰਿਆ ਅਤੇ ਸ਼ੇਅਰਾਂ 'ਚ ਲਾ ਜਾਂਦੇ ਅਤੇ ਮੁੜ ਕੇ ਉਹ ਫਿਰ ਖਾਲੀ ਝੋਲਾ ਹੀ ਰਹਿ ਜਾਂਦਾ। ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਆ। ਜੇ ਜਾਣਕਾਰੀ ਸਹੀ ਹੋਵੇ ਤਾਂ ਫਿਰ ਰੁਪਈਏ ਕਮਾਏ ਵੀ ਜਾਂਦੇ ਆ। ਆਪਾਂ ਬਾਈ ਜੱਸੇ ਤੋਂ ਪੁੱਛਦੇ ਹਾਂ ਅੱਜ ਸਾਰੀ ਜਾਣਕਾਰੀ ਲਵਾਂਗੇ। ਜੱਸੇ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਾਈ ਤੇਰਾ ਇਸ ਗੱਲੋਂ ਧੰਨਵਾਦ ਆ ਸੱਜਣਾ ਕਿ ਤੂੰ ਆਪਦੇ ਭੇਤ ਸਾਡੇ ਨਾਲ ਸਾਂਝੇ ਕਰੇਗਾ। ਤੁਹਾਡਾ ਧੰਨਵਾਦ ਆ ਬਾਈ, ਤੁਸੀਂ ਆ ਗਏ ਟਾਈਮ ਨਾਲ ਹੀ। ਟਾਈਮ ਨਾਲ ਆ ਗਿਆ, ਅਸਲ 'ਚ ਟਾਈਮ ਥੋੜ੍ਹਾ ਲੇਟ ਹੋ ਗਿਆ ਜੱਸੇ, ਵੋਟਾਂ ਦਾ ਕਰਕੇ ਨਾ ਮੈਂ ਉੱਥੇ ਡਿੱਕਾਂ ਪੈ ਗਿਆ ਮੈਨੂੰ। ਉਹ ਫਿਰ ਝੰਡੇ ਦੇ ਤੇਰੇ ਦੀ ਜਿਨ੍ਹਾਂ ਦੇ ਹੁਣ ਦਿਮਾਗ ਦੇ ਵਿੱਚ ਝੰਡੇ ਤੇ ਪਾਰਟੀਆਂ ਬੜੀਆਂ ਉਹਨਾਂ ਨੂੰ ਮਗਰ ਗੱਡੀਆਂ ਆਉਂਦੀਆਂ ਕਿੱਥੇ ਦੱਸਦੀਆਂ, ਅਤੇ ਐਂ ਕਰਕੇ ਲੇਟ ਹੋ ਗਏ ਜੱਸੇ। ਹਾਂਜੀ ਹਾਂਜੀ। ਅਤੇ ਜੱਸੇ ਬਾਈ ਜਿਹੜੀ ਸ਼ੇਅਰ ਮਾਰਕੀਟ ਆ, ਮੈਂ ਪਹਿਲਾਂ ਕਹਿ ਕੇ ਹਟਿਆ, ਪਿੰਡਾਂ ਦੇ ਵਿੱਚ ਨਾ ਆਮ ਤੌਰ 'ਤੇ ਇਹ ਮਨ ਦੇ ਵਿੱਚ ਹੈਗਾ ਕਿ ਯਾਰ ਇਹ ਇੱਕ ਜੂਆ ਹੈਗਾ। ਹੈਗਾ ਬਾਈ, ਸਾਰਿਆਂ ਦੇ ਮਨ 'ਚ 90% ਲੋਕਾਂ ਦੇ ਮਨ 'ਚ ਇਹੀ ਆ ਵੀ ਇਹ ਜੂਆ ਜੂਆ। ਅਤੇ ਆਮ ਤੌਰ 'ਤੇ ਜੂਏ ਬਾਰੇ ਕਹਾਵਤ ਇਹ ਆ ਕਿ ਜੂਆ ਕਿਸੇ ਨੇ ਜਿੱਤਿਆ ਨਹੀਂ, ਹੈ ਨਾ। ਮੈਂ ਤੁਹਾਨੂੰ ਮਤਲਬ ਮੇਰਾ ਪੁੱਛਣਾ ਇੱਕ ਤਾਂ ਇਹ ਹੈ ਸਭ ਤੋਂ ਪਹਿਲਾਂ ਕਿ ਯਾਰ ਸ਼ੇਅਰ ਮਾਰਕੀਟ ਸੱਚੀ ਇੱਕ ਜੂਆ ਹੈ ਜਾਂ ਸ਼ੇਅਰ ਮਾਰਕੀਟ ਇੱਕ ਬਿਜ਼ਨਸ ਹੈ? ਬਾਈ ਜੇ ਆਪਾਂ ਦੇਖੀਏ ਸ਼ੇਅਰ ਮਾਰਕੀਟ ਜੂਆ ਨਹੀਂ ਹੈਗੀ, ਬੰਦਾ ਜੂਆ। ਬੰਦਾ ਜਦੋਂ ਕਿਸੇ ਵੀ ਆਪਾਂ ਸ਼ੇਅਰ 'ਤੇ ਲਾਉਂਦੇ ਹਾਂ ਪੈਸੇ, ਉਹ ਬੰਦਾ ਆਪ ਜੂਆ ਬਣ ਕੇ ਪੈਸੇ ਲਾਉਂਦਾ ਵੀ ਮੇਰੇ 10 ਗੁਣਾ ਪੈਸੇ ਹੋ ਜਾਣਗੇ, ਮੈਂ 1 ਲੱਖ ਲਾ ਤਾਂ 1 ਕਰੋੜ ਬਣ ਜੂਗਾ, 2 ਕਰੋੜ ਬਣ ਜੂਗਾ, ਉਹ ਜੂਆ। ਸ਼ੇਅਰ ਮਾਰਕੀਟ ਨੂੰ ਜੇ ਆਪਾਂ ਇੱਕ ਤਰ੍ਹਾਂ ਬਿਜ਼ਨਸ ਕਰੀਏ ਤਾਂ ਕੋਈ ਜੂਆ ਨਹੀਂ। ਜੇ ਆਪਾਂ ਸਹਿਜ ਨਾਲ ਚੱਲਣਾ ਹੋਵੇ, ਹਾਂਜੀ, ਇਹਦੇ ਵਿੱਚ ਮਤਲਬ ਸਿਰਫ ਆਪਾਂ ਇਹ ਕਹਿਣਾ ਹੋਵੇ ਕਿ ਆਪਾਂ ਲੰਬਾ ਸਮਾਂ ਸਬਰ ਨਾਲ ਚੱਲਣਾ ਹੋਵੇ, ਹਾਂਜੀ, ਤਾਂ ਸ਼ੇਅਰ ਮਾਰਕੀਟ ਇੱਕ ਬਿਜ਼ਨਸ ਬਿਜ਼ਨਸ ਹੀ ਆਪਾਂ ਉਹਨੂੰ ਇੱਕ ਵਪਾਰ ਦੀ ਤਰ੍ਹਾਂ ਦੇਖਾਂਗੇ ਤਾਂ ਆਪਾਂ ਉਹਦੇ ਪੈਸੇ ਲੈ ਸਕਦੇ ਹਾਂ। ਆਏ ਨਹੀਂ ਹੈਗਾ ਪੈਸੇ ਦੇਵਾਂਗੇ, ਜੇ ਆਪਾਂ ਉਹਨੂੰ ਵਪਾਰ ਦੀ ਤਰ੍ਹਾਂ ਕਰਾਂਗੇ ਵੀ ਹਾਂ ਮੈਂ ਆਹ ਚੀਜ਼ ਖਰੀਦ ਲਈ ਆਹ ਵੇਚਤੀ, ਵਪਾਰ ਦੀ ਤਰ੍ਹਾਂ ਕਰਾਂਗੇ ਤਾਂ ਉਹ ਇੱਕ ਬਿਜ਼ਨਸ ਆ। ਜੇ ਹੁਣ ਮੈਂ ਸੋਚ ਕੇ ਇਹ ਆਇਆ ਵਾਂ ਵੀ ਮੈਂ ਅੱਜ 1 ਲੱਖ ਰੁਪਏ ਲੈ ਕੇ ਆਇਆ ਵੀ ਮੇਰਾ ਕੱਲ੍ਹ ਨੂੰ 5 ਲੱਖ ਬਣ ਜਾਣਾ, ਵੀ ਸ਼ੇਅਰ ਮਾਰਕੀਟ ਦਾ ਨਾ ਹੀ ਇੰਨਾ ਬਦਨਾਮ ਆ ਵੀ ਜੇ 1 ਲੱਖ ਰੁਪਏ ਲਾਇਆ ਤਾਂ ਜ਼ਿਆਦਾ ਉਹ ਡੁੱਬ ਜਾਣਾ ਜਾਂ ਉਹਦਾ 10 ਲੱਖ ਬਣ ਜਾਣਾ। ਬੰਦੇ ਇਹੀ ਸੋਚ ਕੇ ਆਉਂਦੇ ਆ ਵੀ ਮੈਂ ਤਾਂ ਰਾਤੋ ਰਾਤ ਕਰੋੜਪਤੀ ਹੋ ਜਾਊਂਗਾ। ਰਾਤੋ ਰਾਤ ਕਰੋੜਪਤੀ ਲੋਟਰੀ ਕਰ ਸਕਦੀ ਆ, ਕੋਈ ਸ਼ੇਅਰ ਮਾਰਕੀਟ ਨਹੀਂ ਕਰ ਸਕਦੀ, ਨਹੀਂ ਕਰ ਸਕਦੀ, ਨਹੀਂ ਰਾਤੋ ਰਾਤ ਨਹੀਂ ਕਰ ਸਕਦੀ। ਲੰਮਾ ਸਮਾਂ ਚਾਹੀਦਾ ਆਪਾਂ ਵੀ ਜਿਹੜੇ ਲੋਕ ਇਸ ਤਰ੍ਹਾਂ ਕਹਿ ਕੇ ਪੈਸੇ ਲਵਾਉਂਦੇ ਆ ਉਹ ਕਿਤੇ ਨਾ ਕਿਤੇ ਤੁਹਾਨੂੰ ਠੱਗਣ ਨੂੰ ਕਰਦੇ ਆ। ਬਾਈ ਇਹੀ ਚੀਜ਼ਾਂ ਅੱਜ ਕੱਲ੍ਹ ਕੀ ਆ, ਇੰਸਟਾਗ੍ਰਾਮ 'ਤੇ ਆਪਣਾ ਪੇਜ ਬਣਿਆ ਹੋਇਆ, ਮੈਂ ਉਹਦੇ 'ਤੇ ਆਪ ਲਾਈਵ ਆਉਂਦਾ ਵੀ ਆ, ਵੀਡੀਓ ਵੀ ਚੱਲਦੀਆਂ ਰਹਿੰਦੀਆਂ ਜੀ। ਹੁਣ ਕੀ ਆਪਣੇ ਪੰਜਾਬ 'ਚ ਖਾਸ ਕਰਕੇ ਇਹ ਚੀਜ਼ਾਂ ਦਾ ਲੋਕਾਂ ਨੂੰ ਗਿਆਨ ਬਹੁਤ ਘੱਟ ਹੈ, ਨਹੀਂ ਗਾ ਜਮਾ ਹੀ ਨਹੀਂ ਜਮਾ ਨਹੀਂ ਹੈਗਾ, ਮੈਂ ਇੰਨਾ ਤੁਰਿਆ ਫਿਰਦਾ ਮੈਨੂੰ ਹੈ ਨਹੀਂ ਯਾਰ। ਇਹੀ ਚੱਕਰ ਆ, ਆਪਣੇ ਕੀ ਆ ਲੋਕ ਫੇਕ ਆਈਡੀਆਂ ਬਣਾਉਂਦੇ ਆ ਜੀ, ਫੇਕ ਆਈਡੀਆਂ ਦਾ ਨਾ ਕੋਈ ਨਾ ਹੁੰਦਾ ਵਾ, ਸਿਰਫ ਉੱਤੇ ਗਿਰੇ ਹੁੰਦਾ ਸਟਾਕ ਮਾਰਕੀਟ ਟ੍ਰੇਡਰ। ਉਹ ਕੀ ਕਰਦੇ ਆ, ਕਿਸੇ ਨੂੰ ਮੈਸੇਜ ਭੇਜਦੇ ਆ ਜਾਂ ਆਪਣੀਆਂ ਪ੍ਰਮੋਸ਼ਨ ਲਾ ਲੈਂਦੇ ਆ, ਕਹਿੰਦੇ 1000 ਰੁਪਇਆ ਦਿਓ, 2 ਘੰਟੇ 2000 ਲੈ ਲਓ, 3 ਘੰਟੇ 4000 ਲੈ ਲਓ। ਜੇ ਬੰਦਾ ਇਹ 3 ਘੰਟੇ 'ਚ ਪੈਸਾ ਡਬਲ ਕਰਨ ਲੱਗ ਜੇ ਫਿਰ ਤਾਂ ਮੇਰੇ ਕੋਲ 1000 ਹੋਵੇ ਤਾਂ ਮੈਂ 10 ਦਿਨਾਂ 'ਚ ਲੱਖਪਤੀ ਕਰੋੜਪਤੀ ਬਣ ਜਾ। ਜੇ ਮੈਂ 2 ਘੰਟੇ ਡਬਲ ਕਰੀ ਚੱਲਾਂ, ਜਿਵੇਂ ਜੇ 1000 ਆ ਉਹ 2 ਘੰਟੇ 'ਚ ਆਪਣਾ 2000 ਹੋ ਜੂ, ਦੂਜੇ 2 ਘੰਟਿਆਂ 'ਚ ਉਹ 4000 ਹੋ ਜੂ, ਦੂਜੇ 2 ਘੰਟਿਆਂ 8000, 16, 32, 64 ਕਿੱਥੇ ਗੱਲ ਪਹੁੰਚ ਜੂ ਘੰਟਿਆਂ 'ਚ ਵੀ। ਐਵੇਂ ਨਹੀਂ ਹੁੰਦਾ, ਨਹੀਂ ਐਵੇਂ ਨਹੀਂ ਹੁੰਦਾ। ਜੇ ਚਲੋ ਆਪਾਂ ਉਹਨੂੰ ਪਾਸੇ ਕਰ ਦਈਏ, ਹੈ ਨਾ, ਚਲੋ ਠੱਗੀ, ਕਿਉਂਕਿ ਅਣਜਾਣ ਲੋਕ ਠੱਗੀ ਖਾਂਦੇ ਆ, ਹਾਂਜੀ, ਅਤੇ ਜਾਣਕਾਰ ਲੋਕ ਮਤਲਬ ਜਿਵੇਂ ਹੁਣ ਤੁਸੀਂ ਵੀ ਮੈਨੂੰ ਪਤਾ ਵੀ ਇੱਥੇ ਤੁਸੀਂ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਲੈਂਦੇ ਆ, ਲੋਕਾਂ ਨੂੰ ਸਿਖਾਉਂਦੇ ਆ, ਕਲਾਸਾਂ ਵਗੈਰਾ ਲੱਗਦੀਆਂ, ਕਿੰਨੇ ਚਿਰ 'ਚ
एक बंदा शेयर मार्केट की प्रॉपर जानकारी ले लेंदा बई जे आप सोचिए हम आप मैं महीने का सिखा बंदे आ गए मैं महीने से सिखा देना हम तुम्हें यूज किमें करना जी वह महीने से यूज करना सीख जाते हो दो महीने सीखते हो तिना महीने सीखते हो हम मतलब मैं थोड़ा ट्रैक्टर का प्रैक्टिकल सिखा दूँ भी आए गेयर पैना आए क्लच लगना आए ब्रेक लगना वो हम तुम तिना दिन सीखते हो या पंजा दिन हद की लिमिट आ भी बंदा चौं पंज महीन सीख जाता जो आप शेयर बारे पढ़ते हैं एक कहते कि शेयर मार्केट एक कह जो नैफ्टी चक्कर की आ एक होंगे स्टॉक शेयर जिन्हों आप कह दिए किसी भी कंपनी का ला लो HDFC HDFC ਦਾ ਲਾ ਲਓ ਉਹ ਸ਼ੇਅਰ ਆ ਜੀ ਤੇ ਇੱਕ ਹੁੰਦਾ ਵਾ ਦਸਾਂ ਕੰਪਨੀਆਂ ਨੂੰ ਮਿਲਾ ਕੇ ਬਣਿਆ ਹੋਇਆ ਇੱਕ ਉਹਨੂੰ ਕਹਿੰਦੇ ਇੰਡੈਕਸ ਅੱਛਾ ਉਹਨੂੰ ਜਿਵੇਂ ਆਪਾਂ ਨਿਫਟੀ ਹੋ ਗਿਆ ਬੈਂਕ ਨਿਫਟੀ ਉਹ ਇੰਡੈਕਸ ਆ ਜਿਹੜੇ ਦੂਜੇ ਇਕੱਲੇ ਇਕੱਲੇ ਸਟਾਕ ਆ ਉਹ ਸਟਾਕ ਆ ਜਿਵੇਂ ਆਪਾਂ ਕਹਿ ਦਈਏ 10 ਬੰਦਿਆਂ ਦੀ ਵੈਲਿਊਏਸ਼ਨ ਇੱਕ ਚ ਆਪਾਂ ਕੱਢ ਦਈਏ ਉਹਨੂੰ ਇੰਡੈਕਸ ਕਹਿ ਦਿੰਦੇ ਆ ਵੀ ਦਸਾਂ ਬੰਦੇ ਵਪਾਰ ਕਰਦੇ ਆ ਉਹਨਾਂ ਦੀ ਰੇਸ਼ੋ ਆਪਾਂ ਇੱਕ ਚ ਕੱਢ ਦਈਏ ਉਹਨੂੰ ਇੰਡੈਕਸ ਕਹਿ ਦਿੰਦੇ ਆ ਵੀ ਉਹ ਦਸਾਂ ਕੰਪਨੀਆਂ ਦਾ ਆਪਾਂ ਨੂੰ ਸਾਰਾ ਲੇਖਾ ਜੋਖਾ ਦੱਸਦਾ ਉਹ ਇੱਕ ਹੀ ਵੀ ਇਹ ਵਧ ਰਹੇ ਜਾਂ ਘਟ ਰਹੇ ਤੇ ਬਈ ਤੈਨੂੰ ਕਿੰਨਾ ਚਿਰ ਹੋ ਗਿਆ ਸੀ ਬਈ ਮੈਨੂੰ 4 ਸਾਲ 4 ਸਾਲ ਹੋ ਗਏ ਇੱਕ ਤਾਂ ਮਹੀਨਾ ਜਾਨੀ ਹੋਣ ਵਾਲਾ ਹੋਊਗਾ ਲਗਭਗ 4 ਮਹੀਨੇ 4 ਸਾਲ 4 ਸਾਲ ਹੋ ਗਿਆ ਤੇ ਖੁਦ ਤੁਸੀਂ ਪੈਸਾ ਲਵਾਉਨੇ ਵੀ ਆ ਸ਼ੇਅਰ ਮਾਰਕੀਟ 'ਚ ਜਾਂ ਕੱਲਾ ਸਿਖਾਉਨੇ ਆ ਬਈ ਜਿਹੜਾ ਪੈਸਾ ਲਵਾਉਂਦਾ ਵਾ ਪਹਿਲੀ ਗੱਲ ਆ ਉਹ ਆਪਣੇ 80% ਫਰਾਡ ਹੋ ਰਿਹਾ ਜਿਹੜਾ ਕੋਈ ਪੈਸਾ ਲਵਾਉਂਦਾ ਜਿਵੇਂ ਮੈਂ ਤੁਹਾਨੂੰ ਕਹਿੰਦਾ ਵੀ ਜਦੋਂ ਤੁਸੀਂ ਸਿਖਾਉਂਦੇ ਹੋ ਖੁਦ ਲਾਊਗਾ ਉਹ ਖੁਦ ਲਾਊਗਾ ਉਹ ਆਪ ਦਾ ਵਪਾਰ ਆਪ ਕਰੂਗਾ ਆਈ ਨਹੀਂ ਹੈਗਾ ਵੀ ਮੇਰੇ ਥਰੂ ਆਉਣਾ ਵੀ ਮੇਰੇ ਕੋਲੇ ਆ ਕੇ ਪੈਸੇ ਦੇਣੇ ਆ ਮੈਨੂੰ ਉਹ ਫੰਡਾ ਨਹੀਂ ਅੱਛਾ ਤੁਸੀਂ ਲਵਾਉਣ ਦਾ ਤਾਂ ਮਸਲਾ ਹੀ ਖਤਮ ਹੋ ਗਿਆ ਤੁਸੀਂ ਤਾਂ ਲਾਉਣਾ ਹੀ ਸਿਖਾਉਣਾ ਲਾਉਣਾ ਹੀ ਸਿਖਾਉਣਾ ਬੰਦੇ ਨੇ ਚਲਾਉਣਾ ਹੀ ਕਿਵੇਂ ਹੈ ਮਿਸਤਰੀ ਹੋਈ ਬਣਾ ਕੇ ਭੇਜਣਾ ਹਾਂਜੀ ਮਿਸਤਰੀ ਬਣਾ ਦੇਣਾ ਆਪਣੇ ਕੀ ਆ ਲੋਕ ਇੰਸਟਾਗ੍ਰਾਮ ਤੇ ਇਸੇ ਕਰਕੇ ਠੱਗੇ ਜਾਂਦੇ ਆ ਵੀ ਲੋਕਾਂ ਨੂੰ ਲੱਗਦਾ ਮੈਂ ਸ਼ੇਅਰ ਮਾਰਕੀਟ 10,000 ਲਾਤਾ ਤਾਂ ਮੈਂ ਕਰੋੜਪਤੀ ਬਣ ਜੂ ਹੁਣ ਕੀ ਆ ਆਪਣੇ ਫਰਾਡ ਬਹੁਤ ਹੋ ਰਹੇ ਆ ਇੰਸਟਾਗ੍ਰਾਮ ਤੇ ਖਾਸ ਕਰ ਇੰਸਟਾਗ੍ਰਾਮ ਤੇ ਹੁੰਦਾ ਕਿਉਂਕਿ ਅੱਜ ਕੱਲ੍ਹ ਲੋਕ ਫੇਸਬੁੱਕ ਨਾਲੋਂ ਵੀ ਜ਼ਿਆਦਾ ਇੰਸਟਾਗ੍ਰਾਮ ਤੇ ਅਪਡੇਟ ਜ਼ਿਆਦਾ ਰਹਿੰਦੇ ਉਹਦੇ ਪ੍ਰਮੋਸ਼ਨਾਂ ਲੱਗਦੀਆਂ ਸਸਤੀਆਂ ਲੱਗ ਜਾਂਦੀਆਂ ਤੇ ਜੇ ਆਪਾਂ ਕਿਸੇ ਥਰੂ ਇਨਵੈਸਟ ਕਰਨਾ ਵੀ ਆ ਤਾਂ ਇੱਕ ਆਪਣੇ ਫਰਮ ਆ ਸੈਬੀ ਜਿਵੇਂ ਆਪਾਂ ਕਹਿ ਦਈਏ ਕੋਈ ਵੀ ਲੋਹਾ ਵਾ ISI ਮਾਰਕ ਉਵੇਂ ਆਪਣੇ ਬ੍ਰੋਕਰ ਹੁੰਦੇ ਆ ਉਹ ਸੈਬੀ ਰਜਿਸਟਰਡ ਹੁੰਦੇ ਆ ਵੈਰੀਫਾਈਡ ਵੈਰੀਫਾਈਡ ਹੁੰਦੇ ਆ ਹੁਣ ਵੈਰੀਫਾਈਡ ਆਪਾਂ ਨੂੰ ਕਿਵੇਂ ਪਤਾ ਲੱਗਣਗੇ ਉਹਨਾਂ ਕੋਲ ਉਹਨਾਂ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਇਹ 100 ਚੋਂ 90% ਲੋਕਾਂ ਕੋਲ ਨਹੀਂ ਹੈ ਨਹੀਂ ਹੈ ਇੱਕ ਇੱਕ ਗੱਲ ਸੱਜਣਾ ਮੈਨੂੰ ਹੋਰ ਦੱਸ ਹਾਂਜੀ ਤੁਹਾਡੇ ਕੋਲੋਂ ਹੁਣ ਤੱਕ ਕਿੰਨੇ ਬੰਦੇ ਸਿੱਖ ਗਏ ਬਈ ਜੇ ਮੈਂ ਕੁਛ ਜੇ ਆਪਾਂ ਤੱਕ ਲਾ ਕੇ ਦੱਸਾਂ ਤਾਂ ਮੈਂ 1400 ਤੋਂ ਪਲੱਸ ਬੰਦੇ ਨੂੰ ਸਿਖਾ ਚੁੱਕਾ ਤੋਂ ਇੱਕ ਇੱਕ ਗੱਲ ਹੋਰ ਹਾਂਜੀ ਇੱਕ ਬੰਦਾ ਕਿੰਨੇ ਕੁ ਪੈਸਿਆਂ ਨਾਲ ਸ਼ੁਰੂ ਕਰਕੇ ਰੋਟੀ ਪੈ ਜੂਗਾ ਬਈ ਅਲੱਗ ਅਲੱਗ ਹਰੇਕ ਦੀ ਜੇਬ ਚੱਲਦੀ ਹੈ ਜਿਵੇਂ ਆਪਾਂ ਕਹਿ ਦਈਏ ਮੈਂ ਅੱਜ ਵਪਾਰ ਕਰਨਾ ਸ਼ੁਰੂ ਕਰਨਾ ਮੈਂ 50,000 ਦਾ ਕਰ ਸਕਦਾ ਜਿਹੜੇ ਮਤਲਬ ਵੀ 50,000 ਰੁਪਈਏ ਨਾਲ ਬੰਦਾ ਜੇ ਬੰਦਾ ਤੁਹਾਡੇ ਤੋਂ ਸਿੱਖ ਕੇ ਮੱਤ ਨਾ ਕੰਮ ਕਰੇ ਸ਼ੇਅਰ ਮਾਰਕੀਟ 'ਚ 1500 ਕਿੰਨੇ ਕੁ ਰੁਪਈਏ ਕਮਾ ਸਕਦਾ 1200 ਤੋਂ 1500 ਨਿੱਤ ਦਾ ਹਾਂ ਨਿੱਤ 1200-1500 ਈਜ਼ੀਲੀ ਕਮਾ ਸਕਦਾ ਉਹਦੇ 'ਚ ਐਂ ਨਹੀਂ ਹੈ ਕੁਛ ਵੀ ਆਪਾਂ 50,000 ਲਾ ਕੇ 2,00,000 ਬਣਾ ਲਵਾਂਗੇ ਉਹਦੀ ਰੇਸ਼ੋ ਆ ਵੀ ਹਾਂ 1200 ਅਤੇ 1500 ਉਹ ਹੁਣ ਕਿਵੇਂ ਆ ਆਪਾਂ ਮਹੀਨੇ 'ਚ 30 ਦਿਨ ਬਾਈ ਸੈੱਲ ਕਰਦੇ ਹਾਂ ਮਤਲਬ ਵਪਾਰ ਕਰਦੇ ਹਾਂ ਜੇ ਹੁਣ 30 ਦਿਨਾਂ 'ਚ ਆਪਾਂ 25 ਦਿਨ ਵਪਾਰ ਸਹੀ ਕੀਤਾ ਤਾਂ ਉਹ ਆਪਣੀ ਜੇਬ 'ਚ ਪੈ ਜਾਂਦਾ ਹੁਣ ਜੇ ਆਪਾਂ ਆਏ ਜੂਏ ਦੀ ਤਰ੍ਹਾਂ ਵੀ ਹਾਂ ਮੈਂ ਇੱਥੇ 50,000 ਲੈ ਕੇ ਆ ਗਿਆ ਤਾਂ ਮੈਂ 1,00,000 ਰੁਪਇਆ ਬਣਾ ਲੈਣਾ ਉਹ ਗੱਲ ਫੇਰ ਆ ਇੱਥੇ ਉਹ ਬੰਦਾ ਵੀ ਡੁੱਬ ਜਾਂਦਾ ਫਿਰ ਉਹ ਕੀ ਕਹਿੰਦਾ ਸ਼ੇਅਰ ਮਾਰਕੀਟ ਜੂਆ ਚੁਗਾ ਉਹ ਕਹਿੰਦਾ ਠੱਗੀ ਆ ਹਾਂ ਹੁਣ ਮੈਂ ਇਹਨੂੰ ਬਾਈ ਕਿਵੇਂ ਸੋਚਦਾ ਵੀ ਮੈਂ ਇੱਕ ਵਪਾਰ ਦੀ ਤਰ੍ਹਾਂ ਸੋਚਦਾ ਕਿਵੇਂ ਜਿਵੇਂ ਆਪਾਂ ਮੰਡੀ 'ਚ ਜਾਂਦੇ ਹਾਂ 10 ਕੁਇੰਟਲ ਆਲੂ ਲੈ ਲਏ 10 ਰੁਪਈਏ ਦੇ ਭਾਅ ਨਾਲ ਲੈ ਲਏ ਮੈਂ ਉਹਨੂੰ 11 ਰੁਪਈਏ ਦੇ ਭਾਅ ਨਾਲ ਵੇਚ ਲਿਆ ਐਂ ਲੈਣ ਦੇਣ ਹੀ ਚੱਲਣਾ ਆਪਾਂ ਹੁਣ ਜੇ ਮੈਂ ਕਹਾਂ ਵੀ ਮੈਂ 10 ਦੇ ਲਏ ਤਾਂ ਮੈਂ 300 ਦੇ ਵੇਚੂੰਗਾ ਹੋ ਜਾਣਗੇ 300 ਦੇ ਪਰ ਪਤਾ ਕਦੋਂ ਹੋਣਗੇ ਤੇ ਪਰ ਉਹ ਜਦੋਂ ਤੱਕ 300 ਦੇ ਹੋਣਗੇ ਹੋ ਸਕਦਾ ਉਦੋਂ ਤੱਕ 10 ਰੁਪਈਆਂ ਵਾਲੇ ਰੁਪਈਏ 'ਚ ਵੀ ਰਹਿ ਜਾਣ ਉਦੋਂ ਤੱਕ ਬਾਈ ਬੰਦਾ ਕੱਢ ਲੈਂਦਾ ਕੀ ਕਈ ਵਾਰੀ ਕੀ ਹੁੰਦਾ 10 ਰੁਪਈਏ ਵਾਲਾ ਆਲੂ 6 ਰੁਪਏ ਦੇ ਜਾਂਦਾ ਫਿਰ ਉਹ 20 ਤੇ ਚਲੇ ਜਾਂਦਾ ਇਦਾਂ ਹੁੰਦਾ ਕਈ ਵਾਰੀ ਬੰਦਾ ਕੀ ਹੈ 6 ਰੁਪਏ ਤੇ ਆ ਕੇ ਉਹਨੂੰ ਵੇਚ ਦਿੰਦਾ ਆਹੀ ਆਪਣੇ ਮਤਲਬ ਕਿ ਮੈਂ ਇਹੀ ਸਿਖਾਉਣਾ ਵਾ ਵੀ ਆਪਾਂ ਨੂੰ ਕਿਵੇਂ ਸਸਤੇ 'ਚ ਖਰੀਦਣਾ ਅਤੇ ਕਿਵੇਂ ਮਹਿੰਗੇ 'ਚ ਵੇਚਣਾ ਬਸ ਇਹਦੇ ਜਵਾਬ ਵਪਾਰ ਕੀ ਆ ਵੀ ਵੇਚਣਾ ਤੇ ਖਰੀਦਣਾ ਵੇਚਣਾ ਤੇ ਖਰੀਦਣਾ ਵੇਚਣਾ ਸਿਖਾਉਣਾ ਤੇ ਖਰੀਦਣਾ ਸਿਖਾਉਣਾ ਤੇ ਖੁਦ ਕਿਸੇ ਵਿਦਆਊਟ ਕਿਸੇ ਬ੍ਰੋਕਰ ਆਪਾਂ ਜਿਵੇਂ ਬ੍ਰੋਕਰ ਕੀ ਆ ਇੱਕ ਦਲਾਲ
ਆਪਾਂ ਬ੍ਰੋਕਰ ਚ ਆਪਾਂ ਨੂੰ ਅਕਾਊਂਟ ਖੋਲਣਾ ਹੀ ਪੈਣਾ, ਆਪਾਂ ਡਾਇਰੈਕਟ ਨਹੀਂ ਕਰ ਸਕਦੇ, ਪਰ ਉਹ ਕੋਈ ਆਈ ਨਹੀਂ ਹੈ, ਕੋਈ ਬੰਦਾ ਨਹੀਂ ਹੈਗਾ, ਆਪਣੇ ਜਿਵੇਂ ਬੈਂਕ ਚ ਅਕਾਊਂਟ ਖੋਲਦੇ ਆ ਉਵੇਂ ਹੀ ਬ੍ਰੋਕਰ ਚ ਅਕਾਊਂਟ ਖੋਲਦਾ, ਜ਼ੀਰੋਧਾ ਹੋ ਗਿਆ, ICICI ਹੋ ਗਿਆ, HDFC ਹੋ ਗਿਆ, ਇਹਨਾਂ ਦੇ ਬ੍ਰੋਕਰ, ਉਹ ਚ ਆਪਾਂ ਬੈਂਕ ਦੇ ਥਰੂ ਅਕਾਊਂਟ ਖੋਲ ਲਿਆ, ਉਹ ਚ ਆਪਾਂ ਪੈਸੇ ਪਾ ਲਏ, ਮਤਲਬ ਆ 50,000 ਦੇ ਅੱਜ ਆਪਾਂ ਕੋਈ ਚੀਜ਼ ਖਰੀਦ ਲਈ, 50,000 ਦੀ ਵੇਚਤੀ, ਉਹਦੇ 'ਤੇ ਜਿਹੜਾ ਕੋਈ ਮਾਈਨਰ ਜਾਂ 50,000 ਰੁਪਏ ਉਨਾ ਕੀ ਲੱਗਣਾ ਟੈਕਸ, ਕੋਈ ਆਈ ਨਹੀਂ ਹੈਗਾ ਵੀ ਉਹ ਅੱਧ ਲੈ ਜਾਂਦੇ ਆ। ਅਤੇ ਜਦੋਂ ਜਦੋਂ ਮੰਨ ਲਓ ਬੰਦਾ ਵੀ ਮੰਨ ਲਓ ਬੰਦੇ ਨੇ ਸ਼ੁਰੂ ਕਰਨਾ, ਹਾਂਜੀ, ਇੱਕ ਵਾਰੀ ਸਟੋਕ ਐਕਸਚੇਂਜ ਦਾ ਸ਼ੁਰੂ ਕਰਨਾ, ਹਾਂਜੀ, ਉਦੋਂ ਪਹਿਲਾਂ ਹੀ ਰੁਪਈਆਂ ਨਾਲ ਸ਼ੁਰੂ ਹੋ ਜਾਂਦਾ ਕਿ ਕੋਈ ਡੈਮੋ ਡੂਮੋ ਮਿਲ ਜਾਂਦਾ ਵੀ ਭਾਈ ਆਹ ਤੁਸੀਂ ਨਕਲੀ ਪੈਸੇ ਮਿਲ ਗਏ ਵੀ ਭਾਈ ਆਹ ਲਾ ਕੇ? ਨਕਲੀ ਪੈਸੇ ਬਾਈ ਕਿਵੇਂ ਕਰ ਸਕਦਾ ਵਾ ਆਪਾਂ, ਜਿਵੇਂ ਹੁਣ ਨਕਲੀ ਪੈਸੇ ਵਾਲੀਆਂ ਐਪਲੀਕੇਸ਼ਨਾਂ ਵੀ ਆਉਂਦੀਆਂ ਜੀ, ਪਰ ਉਹਨਾਂ ਨਾਲੋਂ ਬਿਹਤਰ ਯੂਜ਼ ਕੀ ਆ ਵੀ ਆਪਾਂ ਸਾਰਾ ਇਹ ਸਟੱਡੀ ਕਿਵੇਂ ਹੁੰਦੀ ਹੈ ਵੀ ਚਾਰਟ 'ਤੇ ਆਪਾਂ ਨੂੰ ਪਤਾ ਲੱਗਦਾ ਵੀ ਪ੍ਰਾਈਜ਼ ਕਿੰਨਾ ਚੱਲਦਾ ਘੱਟਦਾ, ਆਪਾਂ ਉਹਨੂੰ ਪ੍ਰੈਕਟੀਕਲੀ ਕਿਵੇਂ ਬਿਨਾਂ ਪੈਸਿਆਂ ਤੋਂ ਕਿਵੇਂ ਦੇਖ ਸਕਦੇ ਹਾਂ, ਕਾਪੀ ਲੈ ਲੈਣੀ ਆ ਵੀ ਹਾਂ ਮੈਂ ਇੱਥੇ ਖਰੀਦਿਆ ਸੀ ਅਤੇ ਇੱਥੇ ਵੇਚਤਾ, ਫਿਰ ਆਪਾਂ ਨੂੰ ਕੀ ਆ ਮਹੀਨੇ ਦੀ ਰੇਸ਼ੋ ਨਿਕਲ ਆਉਣੀ ਆ ਵੀ ਮਹੀਨੇ 'ਚ ਆਹ ਵੇਚੇ ਸੀ ਆਹ ਖਰੀਦੇ ਤਾਂ ਮੇਰਾ ਮੈਨੂੰ ਕਿੰਨੇ ਬਚੇ ਆ, ਇਹਨੂੰ ਆਪਾਂ ਬਿਨਾਂ ਪੈਸਿਆਂ ਤੋਂ ਦੇਖ ਸਕਦੇ ਵੀ ਮੇਰੇ 'ਚ ਕਿੰਨੀ ਸ਼ਮਤਾ, ਮੈਂ ਕਿੰਨਾ ਕਾਉਂਦਾ। ਜਿਵੇਂ ਹੁਣ ਸਾਰੀ ਦਿਹਾੜੀ ਮੇਰੇ ਵਰਗਾ ਫੇਸਬੁੱਕ ਵਟਸਐਪ ਸਾਰੀ ਦਿਹਾੜੀ ਚਲੋ ਜਾਂਦਾ, ਸਾਰੀ ਦਿਹਾੜੀ ਕਮੈਂਟਾਂ ਦੇ ਵਿੱਚ ਲੋਕ ਜਿੱਦੀ ਜਾਂਦੇ ਰਹਿੰਦੇ ਆ ਵੀ ਜੇ ਬੰਦਾ ਕੋਈ ਸਟੋਕ ਮਾਰਕੀਟ 'ਤੇ ਮਾੜੀ ਜਿਹੀ ਧਿਆਨ ਰੱਖਣ ਲੱਗ ਜੂਗਾ ਤਾਂ ਰੁਪਈਏ ਕਮਾ ਸਕਦਾ, ਹਨਾ, ਓਬਵੀਅਸਲੀ ਕਮਾ ਸਕਦਾ। ਇੱਕ 50,000 ਰੁਪਈਆ ਲਾਉਣ ਵਾਲਾ ਬੰਦਾ ਜਿਹੜਾ 1,000 ਰੁਪਈਆ ਦਿਹਾੜੀ ਪਾਉਣ ਲੱਗ ਸਕਦਾ ਜੇ ਉਹ ਸਿੱਖਿਆ ਹੋਵੇ, ਜੇ ਸਿੱਖਿਆ ਹੋਵੇ। ਹੁਣ ਕੀ ਆ ਆਪਣੇ ਲੋਕ ਕੀ ਆਉਂਦੇ ਆ ਵੀ ਲੱਖ ਲੱਖ 5-5 ਲੱਖ ਲੈ ਕੇ ਵੀ ਆਉਂਦੇ ਆ ਬਾਈ, ਉਹ ਕੀ ਕਹਿੰਦਾ ਮੈਂ ਦਿਹਾੜੀ ਦਾ 20,000 ਕਮਾਊਂਗਾ, ਪਰ ਉਹ ਕਮਾਊਂਗਾ ਕਿਹੜੇ ਹਿਸਾਬ ਨਾਲ? ਹੁਣ ਕੀ ਆ ਪੈਸਾ ਕਮਾਉਣਾ ਬਾਈ ਮੇਰੇ ਹਿਸਾਬ ਨਾਲ ਕੋਈ ਵੱਡੀ ਗੱਲ ਨਹੀਂ, ਪਰ ਪੈਸੇ ਕਮਾਉਣ ਦਾ ਗੁਣ ਬੰਦੇ 'ਚ ਹੋਵੇ ਨਾ ਉਹ 5 ਸਾਲਾਂ ਬਾਅਦ ਵੀ ਕਮਾ ਸਕਦਾ। ਹੁਣ ਜੇ ਮੇਰੇ ਕੋਲ ਕੋਈ ਗੁਣ ਆ, ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ, ਮੈਂ ਅੱਜ ਤੋਂ ਸਾਲ ਬਾਅਦ 50,000 ਲੱਖ ਇਕੱਠਾ ਕਰਕੇ ਮੈਂ ਇਹ ਕੰਮ ਕਰ ਸਕਦਾ, ਗੁਣ ਆਉਣਾ ਚਾਹੀਦਾ ਆਪਾਂ ਨੂੰ। ਕਦੇ ਵੀ ਪੈਸਾ ਬੰਦਾ ਆਈ ਨਹੀਂ ਹੈਗਾ ਵੀ ਪੈਸਾ ਉਹੀ ਆਈ ਜਾਂਦਾ, ਗੁਣ ਹੋਊਗਾ ਫਿਰ ਬੰਦੇ ਕੋਲ ਪੈਸਾ ਹੋਊਗਾ, ਜਾਂ ਕੋਈ ਉਹਦਾ ਕੰਮ ਤੋਰਿਆ ਹੋਊਗਾ, ਬਿਜ਼ਨਸ ਤੋਰਿਆ ਹੋਊਗਾ, ਉਹ ਕਿਵੇਂ ਹੋਊਗਾ? ਉਹ ਵੀ ਕੋਈ ਗੁਣ ਹੋਊਗਾ ਵੀ ਉਹ ਬਿਜ਼ਨਸ ਨੂੰ ਚਲਾ ਰਿਹਾ। ਜੇ ਤੁਹਾਡੇ ਕੋਲ ਕੋਈ ਬੰਦਾ ਸਿੱਖਣ ਆਉਂਦਾ, ਕਿੰਨੀ ਫੀਸ ਆ, ਕਿਵੇਂ ਕਰਾਉਂਦੇ ਆਪਣੀ ਬਾਈ? ਫੀਸ ਜੈਨੂਨ ਜੀ ਰੱਖੀ ਹੋਈ ਆ ਜੀ, 6,999 ਆਪਣੀ ਫੀਸ ਆ, ਪਰ ਉਹ ਵੀ ਬੰਦਾ ਆਈ ਨਹੀਂ ਹੈਗਾ ਵੀ ਤੁਸੀਂ ਮੇਰੇ ਕੋਲ ਆ ਕੇ ਮੈਂ ਤੋਂ ਫੀਸ ਲੈਣੀ। ਹੁਣ ਕਈ ਬਾਈ ਕੀ ਆ, ਇਹ ਯੂਟਿਊਬ 'ਤੇ ਫੇਸਬੁੱਕ 'ਤੇ ਬੜੇ ਪ੍ਰਚਾਰਕ ਬੈਠੇ ਆ 2-4 ਵੀ ਹਾਂ ਇਹ ਐਂ ਕਹਿ ਰਿਹਾ ਤਾਂ ਮੈਂ ਇਹਦਾ ਪੁੱਠਾ ਕਹਿਣਾ, ਜੇ ਮੈਂ ਇਹ ਸਿੱਧਾ ਕਹਿ ਰਿਹਾ ਤਾਂ ਮੈਂ ਪੁੱਠਾ ਕਹਿਣਾ, ਜੇ ਪੁੱਠਾ ਕਹਿ ਰਿਹਾ ਤਾਂ ਸਿੱਧਾ ਕਹਿਣਾ। ਹੁਣ ਆਪਾਂ ਪਲੈਨ ਕਿਵੇਂ ਕੀਤਾ ਹੋਇਆ ਵੀ ਆਪਣੀ 6,999 ਫੀਸ ਆ, ਤੁਸੀਂ ਮੇਰੇ ਕੋਲ ਆਏ, ਤੁਸੀਂ ਮੈਨੂੰ 999 ਪੇ ਕਰਨੀ ਆ, ਸਿਰਫ 2 ਕਲਾਸਾਂ ਲਾ ਕੇ ਦੇਖਣਾ, ਜੇ ਤੁਹਾਨੂੰ ਵਧੀਆ ਲੱਗਦਾ ਮਨ ਚੱਤ 'ਚ ਪੈਂਦਾ ਵੀ ਹਾਂ ਦਿਮਾਗ 'ਚ ਪੈਂਦਾ, ਤੁਸੀਂ ਅੱਗੇ ਕੰਟੀਨਿਊ ਕਰ ਸਕਦੇ ਹੋ ਰਿਮੇਨਿੰਗ ਫੀਸ ਦੇ ਕੇ, ਨਹੀਂ ਤੁਸੀਂ 999 ਤਾਂ ਰਿਫੰਡ ਲੈ ਸਕਦੇ ਹੋ। ਬਸ ਗੱਲ ਕਰੋ, ਉਹ ਵੀ ਵਾਪਸ ਲੈ ਜਾਓ, ਉਹ ਵੀ ਵਾਪਸ ਲੈ ਜਾਓ, ਆਏ ਨਹੀਂ ਹੈਗਾ ਵੀ ਮੈਂ 999 ਰੱਖ ਲੈਣੇ ਆ। ਤੁਸੀਂ ਮੇਰਾ ਮਤਲਬ ਕੀ ਆ ਵੀ ਬੰਦੇ ਨੂੰ ਆਏ ਨਾ ਲੱਗੇ ਵੀ ਫੀਸ ਲੈ ਕੇ ਕੁਛ ਪਤਾ ਨਹੀਂ ਬਾਅਦ 'ਚੋਂ ਸਿਖਾਊ ਜਾਂ ਨਹੀਂ, ਆਪਣੇ ਮਨ 'ਚ ਡਾਊਟ ਹੁੰਦਾ, ਜਿਵੇਂ ਆਪਾਂ ਕਿਸੇ ਆਈਲੈਟਸ ਕੋਲ ਚਲੇ ਗਏ ਉਹਨੇ ਪਹਿਲਾਂ ਮਹੀਨੇ ਦੀ ਫੀਸ ਲੈ ਲਈ, ਆਪਾਂ ਨੂੰ ਕੀ ਪਤਾ ਵੀ ਉਹ ਸਿਖਾਊ ਜਾਂ ਨਹੀਂ। ਹੁਣ ਕੀ ਆ ਵੀ 999 ਆਪਾਂ ਦੇਖ ਕੇ 2 ਕਲਾਸਾਂ ਲਾ ਸਕਦੇ, ਜੇ ਵਧੀਆ ਲੱਗਦਾ ਕੰਟੀਨਿਊ ਕਰ ਸਕਦਾ, ਨਹੀਂ ਆਪਦਾ ਰਿਫੰਡ ਲੈ ਸਕਦਾ। ਉਹ 'ਚੋਂ ਆਏ ਵੀ ਹੈ ਨਹੀਂ ਗਾ ਵੀ 999 'ਚੋਂ ਅਸੀਂ 2-400 ਕੱਟ ਕੇ ਦੇਣਾ, ਨਾਲ 999 ਉਹਦੇ ਅਕਾਊਂਟ 'ਚ ਵਾਪਸ ਚਲੇ ਜਾਣਾ। ਜੱਸੇ ਬਾਈ ਵੀ ਜਿਵੇਂ ਹੁਣ ਮੰਨ ਲਓ ਬੰਦੇ ਨੇ ਕਿਸੇ ਨੇ ਲਾਉਣੇ ਆ ਹਨਾ ਪੈਸੇ, ਹਾਂਜੀ, ਜਾਂ ਸਿੱਖਣਾ, ਹਾਂਜੀ, ਸਭ ਤੋਂ ਪਹਿਲਾਂ ਸਿੱਖਣਾ, ਉਹਦੇ ਲਈ ਕੁਆਲੀਫਿਕੇਸ਼ਨ ਕੀ ਚਾਹੀਦੀ, ਬੰਦੇ ਯੋਗਤਾ ਕੀ ਹੋਣੀ ਚਾਹੀਦੀ? ਬਾਈ ਇਹਦੇ 'ਚ ਕੁਆਲੀਫਿਕੇਸ਼ਨ ਦੀ ਕੋਈ ਲੋੜ ਨਹੀਂ, ਚਾਹੇ ਬੰਦਾ 8 ਪੜ੍ਹਿਆ ਚਾਹੇ 12 ਪੜ੍ਹਿਆ। ਇਹਦੇ 'ਚ ਕੀ ਹੋਣਾ ਚਾਹੀਦਾ, ਫੋਨ ਚਲਾਉਣਾ ਆਉਣਾ ਚਾਹੀਦਾ ਵੀ ਫੋਨ 'ਚ, ਹਾਂ ਵੀ ਕੋਈ ਐਪਲੀਕੇਸ਼ਨ ਡਾਊਨਲੋਡ ਕਰਨੀ ਜਾਂ ਉਹਨੂੰ ਆਪਾਂ ਖੋਲ੍ਹ ਕੇ ਯੂਜ਼ ਕਰਨਾ ਆਉਣਾ ਚਾਹੀਦਾ। ਬਸ ਸਾਰੀ ਦਿਹਾੜੀ ਨਿਗਾਹ ਰੱਖਣਾ, ਸਾਰਿਆਂ ਨੂੰ ਸਿੰਪਲ ਜੀ ਪਤਾ ਵੀ ਆਪਾਂ ਕੋਈ ਵੀ ਐਪਲੀਕੇਸ਼ਨ ਜਿਵੇਂ ਫੇਸਬੁੱਕ ਕਿਵੇਂ ਚਲਾਉਣੀ ਆ ਇਹ ਸਾਰਿਆਂ ਨੂੰ ਵੀ ਪਤਾ। ਅਤੇ ਇੱਕ ਗੱਲ ਜੱਸੇ ਬਾਈ ਮੈਨੂੰ ਹੋਰ ਦੱਸ, ਹਾਂਜੀ, ਇਹ ਤਾਂ ਹੋ ਗਈ ਕੁਆਲੀਫਿਕੇਸ਼ਨ, ਹਾਂਜੀ, ਕਿ ਕੋਈ ਵੀ ਇੱਕ ਸਿੱਖ ਕਿੰਨੀ ਕੁ ਉਮਰ ਦਾ ਬੰਦਾ, ਮਤਲਬ ਜਾਂ ਆਪਾਂ ਕਹਿ ਲਈਏ ਕੁੜੀਆਂ ਮੁੰਡੇ ਅੱਜ ਕੱਲ੍ਹ ਬਰਾਬਰ ਆ, ਕੁੜੀਆਂ ਵੀ ਸਿੱਖ ਸਕਦੀਆਂ ਮੁੰਡੇ ਵੀ ਸਿੱਖ ਸਕਦੇ, ਤਾਂ ਗੱਲ ਹੀ ਖਤਮ ਹੋ ਗਈ। ਮੇਰੀ ਵਾਈਫ ਮੇਰੀ ਖੁਦ ਕਰਦੀ ਆ ਬਾਈ, ਤੁਹਾਡੀ ਵਾਈਫ? ਹਾਂ, ਮੇਰੇ ਨਾਲ ਵੱਧ ਕਰਦੀ ਆ ਕਿਉਂਕਿ ਮੇਰੇ ਕੋਲ ਟਾਈਮ ਘੱਟ ਹੁੰਦਾ ਵਾ, ਤੁਸੀਂ ਕਈ ਵਾਰੀ ਹੁਣ ਜਿਵੇਂ ਵਿਆਹ ਸ਼ਾਦੀ 'ਤੇ ਜਾਣਾ, ਹੁਣ ਜਿਵੇਂ ਅੱਜ ਮੈਂ ਇਸ ਤੋਂ ਬਾਅਦ ਵਿਆਹ 'ਤੇ ਹੀ ਜਾਣਾ, ਹੁਣ ਕੀ ਆ ਮੇਰੇ ਕੋਲ ਟਾਈਮ ਹੈ ਨਹੀਂ, ਉਹ ਸਵਾ ਨੂੰ ਉਹ ਕਰਨ ਲੱਗ ਜਾਂਦੀ ਹੈ, ਉਹਦਾ ਘਰੇ ਮੇਰਾ ਸਾਰੀ ਦਿਹਾੜੀ ਦੇਖੀ ਜਾਂਦੀ, ਬਸ ਉਹੀ ਦੇਖਣਾ ਉਹਨੇ ਕੰਮ ਸਵੇਰੇ ਕੰਮ ਕੁੰਮ ਕਰਨਾ ਆਪਦਾ। ਉਹ ਮੈਨੂੰ ਕਹਿੰਦੇ ਸੀ ਕਿ ਮੈਂ ਕਿਤੇ ਜੋਬ 'ਤੇ ਲੱਗਣਾ, ਮੈਂ ਕਿਹਾ ਤੈਨੂੰ ਮੈਂ ਆਹੀ ਜੋਬ 'ਤੇ ਲਾ ਦਿੰਦਾ, ਤੂੰ ਘਰੇ ਬੈਠੀ ਕਰੀ ਚੱਲ। ਕਿੰਨੇ ਕੁ ਪੈਸੇ ਬਣਾ ਲਏ, ਪੁੱਛਣਾ ਚਾਹੀਦਾ, ਤਾਂ ਵੀ ਕਿੰਨੇ ਕੁ ਬਣਾ ਲੈਂਦੀ ਹੈ? ਨਹੀਂ ਉਹ ਬਾਈ ਉਹ 10-12 ਹਜ਼ਾਰ ਮਹੀਨੇ ਦੇ, ਉਹਦੇ ਲਈ ਕੀ ਆ ਮੈਂ ਉਹਨੂੰ ਥੋੜ੍ਹੇ ਪੈਸੇ ਦਿੱਤੇ ਹੋਏ, ਥੋੜ੍ਹੇ ਪੈਸੇ ਦਿੱਤੇ, ਪਰ ਉਹਨੇ ਜੋ ਖੇਡ ਖੇਡੀ ਜਾਂਦੀ ਹੈ, ਸਿੱਖੀ ਹੋਈ ਉਹਨੂੰ 6 ਮਹੀਨੇ ਹੋ ਗਏ, 12,000 ਬਾਈ ਘਰੇ ਬੈਠਾ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਜਿਹਦੇ ਲਈ ਕਹਿਣਾ ਵੀ ਦਿਹਾੜੀ ਕਰਕੇ ਕਮਾਉਣਾ ਉਹਦੀ ਬਹੁਤ ਵੱਡੀ ਗੱਲ ਆ। ਪਰ ਹੁਣ ਜਿਵੇਂ ਮੈਂ ਕਹਾਂ ਬਈ ਮੈਂ ਡੇਲੀ ਦਾ
ਵੀ 12 ਕਿੰਨੇ ਕਰੀ ਨਿਗਾਹ ਕਿੰਨੇ ਕਰੀ ਰੱਖਣੀ ਪੈਂਦੀ ਹੈ ਤੇ ਇਹਦੇ ਤੇ ਬਈ ਕਿਵੇਂ ਆਪਾਂ ਸੈੱਟ ਕਰ ਸਕਦੇ ਆ ਸਵੇਰੇ 9:15 ਮਾਰਕੀਟ ਖੁੱਲਦੀ ਆ ਜੀ ਆਪਾਂ ਉਹਦੇ ਤੇ ਨਿਗਾਹ ਬਣਾ ਕੇ ਬਹਿ ਗਏ ਹਾਂ ਇਹ ਚ ਕੀ ਆ ਬਈ ਐ ਨਹੀਂ ਵੀ ਸਵੇਰੇ ਉੱਠੇ ਆਪਾਂ ਕਰਨ ਲੱਗੇ ਇਹਦੇ ਰਾਤ ਨੂੰ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਜਿਵੇਂ ਆਪਾਂ ਕਹਿੰਦੇ ਆ ਸਿਲੇਬਸ ਕਰਨਾ ਪੈਂਦਾ ਆਪਾਂ ਨੂੰ ਵੀ ਮੈਂ ਰਾਤ ਨੂੰ ਘੰਟਾ ਡੇਢ ਘੰਟਾ ਲਾਉਣਾ ਕੌਣ ਵਧਿਆ ਕੌਣ ਘਟਿਆ ਕੀ ਕਰਨਾ ਬਸ ਇਹੀ ਚੀਜ਼ ਮਹੀਨੇ ਸਿਖਾਉਣੀ ਆ ਤੁਸੀਂ ਹਾਂ ਵੀ ਜਿਹੜੀ ਮੈਂ ਹੁਣੇ ਸਿੱਖਣ ਨੂੰ ਫਿਰਦਾ ਉੱਥੋਂ ਇਹੀ ਚੀਜ਼ ਆ ਵੀ ਆਪਾਂ ਪਹਿਲਾਂ ਤਿਆਰੀ ਕਿਵੇਂ ਕਰਨੀ ਹਾਂ ਵੀ ਮੈਂ ਕਹਾਂ ਵੀ ਸਵੇਰੇ 9 ਵਜੇ ਉੱਠਿਆ ਆਪਾਂ ਵੀ ਹਾਂ ਪੈਸੇ ਲਾ ਦੇ ਖਰੀਦ ਲਿਆ ਵੇਚ ਲਿਆ ਉਹਦੇ ਪਹਿਲਾਂ ਇੱਕ ਦਿਨ ਰਾਤ ਨੂੰ ਪਹਿਲਾਂ ਜਦੋਂ ਵੀ ਟਾਈਮ ਮਿਲਦਾ ਆਪਾਂ ਨੂੰ ਉਹਦੀ ਪੜ੍ਹਾਈ ਕਰਨੀ ਪੈਂਦੀ ਆ ਵੀ ਪੜ੍ਹਾਈ ਮਤਲਬ ਕਿਵੇਂ ਵੀ ਉਹਦੀ ਆਪਾਂ ਨੂੰ ਟੈਕਨੀਕਲ ਕਰਨਾ ਪੈਂਦਾ ਇਹਨੂੰ ਆਪਾਂ ਟੈਕਨੀਕਲ ਕਹਿ ਦਿੰਦੇ ਹਾਂ ਵੀ ਜਿਵੇਂ ਕਿਸੇ ਚੀਜ਼ ਦਾ ਪ੍ਰਾਈਸ ਵਧਣਾ ਹੋਮਵਰਕ 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 ਕੀ ਹੈ ਸਰ ਹੋਮਵਰਕ ਹੋਮਵਰਕ ਕਰਨਾ ਹੋਮਵਰਕ ਕਰਨਾ ਉਹਦਾ ਰਿਕਾਰਡ ਪਿਛਲਾ ਦੇਖਣਾ ਇਹਦਾ ਪਿਛਲਾ ਰਿਕਾਰਡ ਕੀ ਰਿਹਾ ਕੰਪਨੀ ਦਾ ਸਟੇਟਸ ਕੀ ਆ ਇਹ ਵਧੂਗੀ ਘਟੂਗੀ ਖਤਮ ਹੋਊਗੀ ਉਹੀ ਚੱਕਰ ਹੁਣ ਜਿਵੇਂ ਕਿਵੇਂ ਆ ਵੀ ਮੈਂ ਰਾਤ ਨੂੰ ਘੰਟਾ ਡੇਢ ਘੰਟਾ ਮੇਰੇ ਕੋਲ ਇਹ ਵੀ ਹੁਣ ਟਾਈਮ ਡਿਲੀਵਰੀ ਨਹੀਂ ਨਿਕਲਦਾ ਮੇਰੀ ਘਰ ਵਾਲੀ ਮੈਨੂੰ ਕਰਕੇ ਦਿੰਦੀ ਹੋਮਵਰਕ ਕਈ ਵਾਰੀ ਉਹ ਕਹਿ ਦਿੰਦੀ ਆ ਵੀ ਹਾਂ ਕੱਲ੍ਹ ਨੂੰ ਆਹ ਚੀਜ਼ਾਂ ਵਾ ਆਹ ਚੀਜ਼ਾਂ ਵਾ ਸਾਰੀ ਮੈਨੂੰ ਉਹਨੇ ਵਟਸਐਪ 'ਤੇ ਭੇਜ ਦੇਣਾ ਮੈਂ ਦੂਜੇ ਦਿਨ ਸਵੇਰੇ ਦੇਖ ਕੇ ਲੈ ਲੈਣਾ ਵੀ ਹਾਂ ਵੀ ਆਹ ਠੀਕ ਹੈ ਸਰ ਵੀ ਸਪੋਜ਼ ਕਰੋ ਵੀ ਜਿਵੇਂ ਦੀਵਾਲੀ ਆ ਰਹੀ ਹੈ ਤਾਂ ਗੋਲਡ ਵਧੂਗਾ ਹਾਂ ਹਾਂ ਠੀਕ ਹੈ ਜੀ ਬਸ ਉਹੀ ਸਿਸਟਮ ਆਪਾਂ ਨੂੰ ਪ੍ਰੀ ਪਲਾਨ ਕਰਨਾ ਪੈਣਾ ਵੀ ਮਤਲਬ ਜਿਹੜੀ ਕੋਈ ਰੁੱਤ ਤਿਉਹਾਰ ਹਾਂਜੀ ਕੋਈ ਲੜਾਈ ਲੱਗ ਰਹੀ ਹੈ ਮਤਲਬ ਘਟਨਾ ਦੁਰਘਟਨਾ ਤਿਉਹਾਰ ਇਹ ਚੀਜ਼ਾਂ ਨੂੰ ਅਸਰ ਪਾਉਂਦੀ ਹੈ ਬਈ ਤਿੰਨ ਤਰ੍ਹਾਂ ਦੀ ਟ੍ਰੇਡਿੰਗ ਹੁੰਦੀ ਹੈ ਇੱਕ ਆਪਾਂ ਦਿਨੇ ਦਿਨੇ ਕਰ ਲਈ 9:15 ਤੋਂ ਲੈ ਕੇ 3:30 ਤੱਕ ਇੱਕ ਹੋ ਗਈ ਆਪਾਂ 10-15 ਦਿਨ ਕਰ ਲਈ ਵੀ ਅੱਜ ਖਰੀਦ ਲਿਆ 10 ਦਿਨਾਂ ਬਾਅਦ ਵੇਚਤਾ ਜਿਸ ਇੱਕ ਹੁੰਦਾ ਵਾ ਵੀ 3-4 ਸਾਲਾਂ ਬਾਅਦ ਵੇਚਣਾ ਆਪਾਂ ਕਰਦੇ ਹਾਂ ਦਿਨ ਵਾਲੀ ਦਿਨ ਦਿਨ ਪੈਸੇ ਬਣਾਉਣੇ ਅਤੇ 10-15 ਦਿਨਾਂ ਬਾਅਦ ਆਪਾਂ ਖਰੀਦ ਵਿੱਚ ਕਰਨੀ ਉਹ ਦੋ ਟ੍ਰੇਡਿੰਗ ਆਪਾਂ ਸਿਖਾਉਂਦੇ ਠੀਕ ਆ ਅਤੇ ਇੱਕ ਸੁਣਿਆ ਸੱਜਣਾ ਕੋਈ ਇਹੋ ਜਿਹਾ ਮਿੱਤਰ ਹੋਵੇ ਜਿਹੜਾ ਤੈਨੂੰ ਸਿੱਖਿਆ ਹੋਵੇ ਵੀ ਰੁਪਈਏ ਪਾਓ ਆਪਣਾ ਮੈਂ ਸਾਰਿਆਂ ਦੇ ਨਾਂ ਨਹੀਂ ਪੁੱਛਦਾ ਕੋਈ ਇੱਕ ਤਾਂ ਦੱਸ ਦਿਓ ਯਾਰ ਬੰਦੇ ਨੂੰ ਐਂ ਪਤਾ ਜਿਹਾ ਲੱਗ ਜਾਂਦਾ ਦੇਖਣ ਸੁਣਨ ਨੂੰ ਬਾਈ ਹੁਣ ਮੇਰਾ ਖਾਸ ਫਰੈਂਡ ਹੀ ਆ ਉਹ ਇੱਥੋਂ ਆਪਣੇ ਜਗਰਾਉਂ ਦੇ ਨੇੜੇ ਪਿੰਡ ਆ ਉਹਦਾ ਉਹਦਾ ਨਾਂ ਹੈਗਾ ਅਮਨਦੀਪ ਸਿੰਘ ਉਹ ਆਹ ਅਗਲੇ ਹਫ਼ਤੇ ਉਹਦੀ ਫਲੈਟ ਆ ਬਾਹਰ ਨੂੰ ਜਾ ਰਿਹਾ ਉਹ ਕਿਉਂ ਜਾ ਰਿਹਾ ਵਾ ਉਹਨੂੰ ਕੀ ਕੀਤਾ ਵੀ ਮੈਂ ਉਹਨੂੰ ਸਿਖਾਤਾ ਅਤੇ ਉਹ ਹੁਣ ਕੀ ਕਹਿੰਦਾ ਮੈਂ ਬਾਹਰ ਜਾ ਕੇ ਇਹੀ ਕੰਮ ਕਰਦਾ ਉਹ ਇੱਥੇ ਹੁਣ ਕਿੰਨੇ ਪੈਸੇ ਬਣਾ ਰਿਹਾ ਬਾਈ ਉਹ ਦਿਹਾੜੀ ਦਾ 4-5 ਹਜ਼ਾਰ ਬਣਾ ਰਿਹਾ ਕਿਉਂਕਿ ਬਾਈ ਕੀ ਆ ਵੀ ਉਹ ਵਪਾਰ ਵੱਡੇ ਪੈਸੇ ਨਾਲ ਕਰ ਰਿਹਾ ਹੁਣ ਜੇ ਆਪਾਂ ਕਹਿ ਦਈਏ ਕੋਈ ਬੰਦਾ 50,000 ਨਾਲ ਵਪਾਰ ਕਰ ਰਿਹਾ ਉਹਨੂੰ 50,000 ਦੀ ਆਮਦਨ ਹੋਊਗੀ ਜਿਵੇਂ ਹੁਣ ਤੁਸੀਂ 5 ਲੱਖ ਦਾ ਕਰ ਰਹੇ ਹੋ ਤਾਂ ਤੁਹਾਨੂੰ 5 ਲੱਖ ਵਾਲੀ ਆਮਦਨ ਹੋਊ ਆਏ ਨਹੀਂ ਹੈਗਾ ਵੀ 5 ਲੱਖ ਵਾਲੀ ਦੀ ਇੰਨੀ ਆ ਅਤੇ 5 ਹਜ਼ਾਰ ਵਾਲੀ ਦੀ ਵੀ ਇੰਨੀ ਆ ਜਿੰਨਾ ਆਪਾਂ ਕਿਸੇ ਵੀ ਆਪਾਂ ਕੋਈ ਕੰਮ ਤੋਰਨਾ ਕੋਈ ਆਪਾਂ ਮਤਲਬ ਸਟੋਰ ਖੋਲ੍ਹਣਾ ਜਿੰਨੇ ਪੈਸੇ ਲਾਵਾਂਗੇ ਜਿੰਨਾ ਵੱਡਾ ਬਣਾਵਾਂਗੇ ਉਨੀ ਇਨਕਮ ਹੋਊਗੀ ਜਿੰਨਾ ਛੋਟਾ ਹੋਊਗਾ ਉਨੀ ਘੱਟ ਇਨਕਮ ਹੋਊਗੀ ਇੱਕ ਜਿੰਨੀ ਗੌਰ ਰੱਖਾਂਗੇ ਉਹ ਬਈ ਗੌਰ ਤਾਂ ਰੱਖਣੀ ਪੈਣੀ ਵੀ ਮਤਲਬ ਐਂ ਨਹੀਂ ਵੀ ਲਾ ਤੇ ਬਸ ਆਰਾਮ ਨਾਲ ਖੇਸ ਲੈ ਕੇ ਪੈ ਗਿਆ ਨਹੀਂ ਨਹੀਂ ਤੇ ਪੈਸੇ ਬਣੀ ਜਾਂਦੇ ਐਵੇਂ ਦੀ ਗੱਲ ਨਹੀਂ ਗੌਰ ਪੂਰੀ ਚ ਗੌਰ ਬਾਈ ਕਿਆ ਚ ਰੱਖਣੀ ਪੈਣੀ ਆ ਫੋਨ ਚ ਰੱਖਣੀ ਪੈਣੀ ਇਹਦੇ ਚ ਫੋਨ ਚ ਹੀ ਆ ਗੌਰ ਇਹਦੇ ਚ ਹੁਣ ਕਿਵੇਂ ਬਾਈ ਆਪਾਂ ਵਪਾਰ ਤਾਂ ਆਪਾਂ ਮੰਡੀ ਚ ਜਾ ਕੇ ਵੀ ਕਰ ਸਕਦੇ ਹਾਂ ਕੋਈ ਖਰੀਦ ਲੈ ਵੇਚ ਲਓ ਚ ਕੀ ਆਪਾਂ ਨੂੰ ਤੇਲ ਦਾ ਖਰਚਾ ਪੈ ਜਾਣਾ ਬੰਦਿਆਂ ਲੇਬਰ ਦਾ ਖਰਚਾ ਪੈ ਜਾਣਾ ਇਹਦੇ ਚ ਕੀ ਆਪਾਂ ਨੂੰ ਕੋਈ ਖਰਚਾ ਨਹੀਂ ਪੈਣਾ ਸੇਮ ਉਹੀ ਚੀਜ਼ ਆ ਇਹਨੂੰ ਆਪਾਂ ਖਰੀਦ ਵਪਾਰ ਹੀ ਸਮਝਦਾ ਬਸ ਹਵਾ ਚ ਚੀਜ਼ ਖਰੀਦਣੀ ਹਵਾ ਚ ਵੇਚਣੀ ਆ ਆਹੀ ਚੱਕਰ ਠੀਕ ਹੈ ਕਿ ਨਹੀਂ ਤੇ ਹਵਾ ਚੋਂ ਹੀ ਪੈਸੇ ਕਢਵਾ ਕੇ ਹਾਂਜੀ ਹਵਾ 'ਚ ਹੀ ਲਾ ਦੇਣੇ ਤੇ ਹਵਾ 'ਚ ਹੀ ਕੱਢ ਲੈਣੇ ਹਵਾ 'ਚ ਹੀ ਕੱਢ ਲੈਣੇ ਹਵਾ 'ਚ ਹੀ ਕੱਢ ਲੈਣੇ ਸਾਰਾ ਕੰਮ ਫੋਨ 'ਤੇ ਹੀ ਆ ਇਹ ਚਾਹੀ ਨਹੀਂ ਹੈਗਾ ਵੀ ਕੱਲ੍ਹ ਨੂੰ ਮੈਂ ਉੱਥੇ ਜਾਣਾ ਕੀ ਆ ਬਾਈ ਕਈ ਵਾਰੀ ਕੀ ਹੁੰਦਾ ਵਾ ਮੈਂ ਕਿਤੇ ਟਰੈਵਲ ਕਰ ਰਿਹਾ ਵਾਂ ਮੈਂ ਜਾਂਦਾ ਜਾਂਦਾ ਕਰ ਲੈਣਾ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਆਉਂਦੀ ਬਸ 'ਚ ਬੈਠੇ ਫੋਨ 'ਤੇ ਆਏ ਨਹੀਂ ਹੈਗਾ ਵੀ ਮੈਂ ਕੁਛ ਨਾਲ ਚੱਕੀ ਜਾਣਾ ਦੋ ਬੰਦੇ ਨਾਲ ਭਾਈ ਜਾਣੇ ਵੀ ਹਾਂ ਮੈਨੂੰ ਦੱਸਣਗੇ ਯਾਰ ਦੇਖ ਮੈਂ ਬਹੁਤ ਦੇਖਿਆ ਅਸੀਂ ਬੰਬੇ ਗਏ ਹਾਂਜੀ ਮੈਂ ਤੇ ਪ੍ਰੀਤ ਵੀਡੀਓਗ੍ਰਾਫੀ ਕਰਨ ਉੱਥੇ ਲੋਕ 에ਅਰਪੋਰਟ 'ਤੇ ਕਰ ਰਹੇ ਆ ਬੈਠੇ ਬਾਈ ਆਪਣੇ ਪੰਜਾਬ 'ਚ ਕੀ ਆ 95% ਲੋਕਾਂ ਨੂੰ ਪਤਾ ਅਤੇ ਪਤਾ ਨਹੀਂ ਹੈਗਾ ਅਤੇ 5% ਲੋਕਾਂ ਨੂੰ ਪਤਾ ਅਤੇ 5 'ਚੋਂ ਸਿਰਫ 2% ਹੀ ਕਰ ਰਹੇ ਆ ਪੰਜ ਵੀ ਜ਼ਿਆਦਾ ਕਹਿੰਦੇ ਨਹੀਂ ਪਤਾ ਪੰਜਾਂ ਨੂੰ ਹਾਂਜੀ ਨਹੀਂ ਪਤਾ ਨਹੀਂ ਪਤਾ ਸਾਡੇ ਸਾਰੇ ਪਿੰਡ 'ਚ ਇੱਕ ਬੰਦਾ ਵੀ ਨਹੀਂ ਕਰਦਾ ਹੁਣ ਉਹੀ ਆ ਨਾ ਆਪਣੇ 2% ਜੇ ਆਪਾਂ ਔਸਤ ਵੀ ਕੱਢੀਏ ਵੱਧ ਤੋਂ ਵੱਧ 2% ਹੀ ਕਰ ਰਹੇ ਹਾਂ ਹੁਣ ਬਾਹਰ ਕੀ ਆਪਣੇ ਪੰਜਾਬ ਤੋਂ ਬਾਹਰ ਕੀ ਆ ਇਹ 100-70% ਲੋਕ ਇਹੀ ਕਰ ਰਹੇ ਆ 70-80% ਵੀ ਆਪਾਂ ਮੰਨ ਸਕਦੇ ਹਾਂ ਕਰਦੇ ਕਿਉਂਕਿ ਬਾਈ ਮੇਰੇ ਹੁਣ ਬੰਦੇ ਜਿਹੜੇ ਜੁੜੇ ਹੋਏ ਆ ਪੰਜਾਬ ਤੋਂ ਘੱਟ ਆ ਬਾਹਰਲੇ ਬੰਦੇ ਮੇਰੇ ਨਾਲ ਜ਼ਿਆਦਾ ਜੁੜੇ ਹੋਏ ਆ ਉਹ ਕਹਿੰਦੇ ਬਈ ਸਾਨੂੰ ਹਿੰਦੀ ਸਿਖਾ ਮੈਂ ਕਿਹਾ ਵੀ ਹਿੰਦੀ ਥੋੜ੍ਹੀ ਜੀ ਆਉਂਦੀ ਤਾਂ ਹੈਗੀ ਆ ਵੀ ਇੰਨਾ ਨਹੀਂ ਕਹਿ ਸਕਦੇ ਵੀ ਆਪਾਂ ਪੰਜਾਬੀ ਵਾਂਗੂ ਬੋਲੀ ਹੁਣ ਜਿਵੇਂ ਮੈਂ ਸਿਖਾਉਣਾ ਆਪਾਂ ਪੰਜਾਬੀ 'ਚ ਸਿਖਾਉਣਾ ਆਪਣੇ ਮਤਲਬ ਕਿ ਜਿਵੇਂ ਆਪਾਂ ਕਹਿ ਦਈਏ ਪੰਜਾਬੀ 'ਚ ਮੈਂ ਤੁਹਾਨੂੰ ਸਿਖਾਊਂਗਾ ਜ਼ਿਆਦਾ ਸਮਝੋ ਲੈ ਵੀ ਸੱਜਣੋ ਮੇਰੇ ਹਿਸਾਬ ਨਾਲ ਗੱਲਾਂ ਹੋ ਜਾਣਗੀਆਂ ਜ਼ਿਆਦਾ ਲੰਬੀਆਂ ਸ਼ੇਅਰ ਮਾਰਕੀਟ ਜੂਆ ਨਹੀਂ ਗੀ ਵੈਸੇ ਤਾਂ ਇਸ ਗੱਲ ਦਾ ਤਾਂ ਮੈਨੂੰ ਪਤਾ ਸੀ ਕਿਉਂਕਿ ਮੈਂ ਇਸ ਚੀਜ਼ ਦੇ ਵਿੱਚ ਇੰਟਰਸਟ ਰੱਖਦਾ ਮੈਂ ਬਾਈ ਕਰਦਾ ਨਹੀਂ ਹਾਂਜੀ ਮੈਂ ਸ਼ੇਅਰ ਮਾਰਕੀਟ ਹਰ ਰੋਜ਼ ਸਵੇਰੋਂ ਸ਼ਾਮ ਨੂੰ ਵੇਖਣੀ ਵੇਖਣੀ ਆ ਹਾਂਜੀ ਮਤਲਬ ਮੈਨੂੰ ਇੰਟਰਸਟ ਆ ਪਹਿਲਾਂ ਤੋਂ ਸ਼ੇਅਰ ਮਾਰਕੀਟ ਡਿੱਗ ਰਹੀ ਆ ਚੜ੍ਹ ਰਹੀ ਆ ਕਿੱਥੇ ਖੜੀ ਆ ਕਿਹੜੀ ਕੰਪਨੀ ਕੀ ਕਰ ਰਹੀ ਆ ਸ਼ੇਅਰ ਮਾਰਕੀਟ 'ਚ ਮੈਨੂੰ
ਇਹਦੇ 'ਚ ਦਿਮਾਗ ਦੀ ਮਿਹਨਤ। ਮੇਰਾ ਇੱਕ ਯਾਰ ਸੀ ਬੈਂਕ ਦੇ ਵਿੱਚ ਲੱਗਿਆ ਹੁੰਦਾ, ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਲੱਗਿਆ ਹੁੰਦਾ ਸੀ, ਉਹਦੀ ਬਿਲਾਸਪੁਰ ਸੀਗੀ, ਅਤੇ ਉਹਨੇ ਜਦੋਂ ਦੁਪਹਿਰੋਂ ਲੰਚ ਟਾਈਮ ਹੋਣਾ ਉਹਨੇ ਸਾਡੇ ਕੋਲ ਆ ਕੇ ਬਹਿ ਜਾਣਾ, ਉਹਨੇ ਆਹ ਦੇਖੀ ਜਾਣਾ, ਟੀ ਵੀ 'ਤੇ ਦੇਖ ਲੈਣ ਲੱਗ ਜਾਣਾ, ਫੋਨਾਂ 'ਤੇ ਉਦੋਂ ਆਹ ਫੋਨ ਹੈ ਨਹੀਂ ਸੀ, ਉਹ ਦੂਜੇ ਫੋਨ ਹੁੰਦੇ ਸੀ, ਉਹ ਟੀ ਵੀ ਦੇ ਸਾਈਡ 'ਤੇ ਚੱਲਦਾ ਨਾ, ਇੱਕ ਸਾਈਡ 'ਤੇ ਚੱਲਦੀ ਹਾਂਜੀ, ਇੰਨਾ ਪੱਟੀ ਜਿਹੀ ਪੱਟੀ ਚੱਲਦੀ ਹੁੰਦੀ, ਉਹ ਸਪੈਸ਼ਲ ਚੈਨਲ ਆ ਗਿਆ ਸੀ ਉਸ ਤੋਂ ਬਾਅਦ ਸਟੋਕ, ਹਾਂਜੀ ਬਹੁਤ ਚੰਗਾ, ਅਤੇ ਉਹ ਉਹਨੇ ਆ ਜਾਣਾ, ਉਹਨੇ ਆ ਕੇ ਟੀ ਵੀ ਉਹ ਚੈਨਲ ਲਾ ਕੇ ਬਹਿ ਜਾਣਾ, ਉਹਨੇ ਸਾਰੀ ਦਿਹਾੜੀ, ਮੈਂ ਉਹਨੂੰ ਕਹਿਣਾ ਯਾਰ ਕੀ ਯਾਰ ਤੂੰ ਅੱਖਰ ਜੇ ਚੱਲੀ ਜਾਂਦੇ ਦੇਖੀ ਉਹਨੇ, ਫਿਰ ਉਹਨੇ ਮੈਨੂੰ ਸਮਝਾਇਆ, ਮੈਨੂੰ ਵੀ ਇੰਟਰਸਟ ਹੋ ਗਿਆ ਉਸ ਤੋਂ ਬਾਅਦ, ਮੈਂ ਮਤਲਬ ਮੈਂ ਹੁਣ ਹਰ ਰੋਜ਼ ਲਾਉਂਦਾ ਨਹੀਂ, ਕਰਦਾ ਨਹੀਂ, ਪਰ ਮੈਂ ਇੰਟਰਸਟ ਰੱਖਦਾ ਬਈ ਇਹ 'ਚ, ਬਹੁਤ ਅੰਕੜਿਆਂ 'ਚ ਜਦੋਂ ਜਿਹਨੂੰ ਦਿਲਚਸਪੀ ਪੈ ਗਈ ਛੱਡਦਾ ਨਹੀਂ, ਛੱਡਦਾ ਨਹੀਂ, ਅਤੇ ਲੈ ਵੀ ਸੱਜਣੋ ਤੁਹਾਨੂੰ ਮੈਂ ਨਾ ਐਡਰੈਸ ਦੇਣ ਲੱਗਿਆ, ਜਗਰਾਉਂ ਆਹ ਮਾਰਕੀਟ ਕਿਹੜੀ ਵੱਜਦੀ ਹੈ, ਇਹ ਗਰੇਵਾਲ ਮਾਰਕੀਟ ਵੱਜਦੀ ਹੈ, ਗਰੇਵਾਲ ਡਾਊਨਟਾਊਨ ਮਾਰਕੀਟ, ਗਰੇਵਾਲ ਮਾਰਕੀਟ ਬਾਈ ਜੱਸੇ ਦਾ ਤੁਹਾਨੂੰ ਨੰਬਰ ਮੈਂ ਨਾ ਹੇਠਲੇ ਪਾਸੇ ਦੇਤਾ ਸਕਰੀਨ ਦੇ, ਜੇ ਤੁਸੀਂ ਸਟੋਕ ਮਾਰਕੀਟ ਬਾਰੇ ਜਾਣਕਾਰੀ ਲੈਣੀ ਹੋਵੇ, ਕਿਸੇ ਵੀ ਤਰ੍ਹਾਂ ਦਾ ਸਿੱਖਣਾ ਸਟੋਕ ਮਾਰਕੀਟ ਦੇ ਵਿੱਚ, ਪੈਸਾ ਲਾਉਣਾ ਕਮਾਉਣਾ ਵੇਚਣਾ ਖਰੀਦਣਾ ਸ਼ੇਅਰ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਟੋਕ ਮਾਰਕੀਟ ਦੀ ਜਾਣਕਾਰੀ ਲੈਣੀ ਹੈ, ਤੁਸੀਂ ਬੇਫਿਕਰ ਹੋ ਕੇ ਜੱਸੇ ਬਾਈ ਨੂੰ ਫੋਨ ਕਰ ਲਓ, ਮੇਰਾ ਨਾਂ ਲੈ ਦਿਓ ਵੀ ਲੋਪੋਵਾਲੇ ਦੀ ਵੀਡੀਓ ਦੇਖੀ ਸੀ, ਵਧੀਆ ਤੁਹਾਨੂੰ ਵਧੀਆ ਟ੍ਰੀਟਮੈਂਟ ਮਿਲੂਗੀ, 1000 ਰੁਪਈਏ 'ਚ ਇਹਨਾਂ ਕੋਲ ਤੁਹਾਡੇ ਲਈ ਔਫਰ ਆ ਕਿ ਤੁਸੀਂ 1000 ਰੁਪਈਆ ਦਿਓ, ਤੁਸੀਂ ਬਾਈ ਤੋਂ ਸਿੱਖਣ ਲੱਗ ਜਾਓ, 2 ਦਿਨਾਂ 'ਚ ਤੁਹਾਨੂੰ ਨਾ ਸਮਝ ਆਈ ਤੁਹਾਡਾ 1000 ਰੁਪਈਆ ਵਾਪਸ, ਸਤਿ ਸ਼੍ਰੀ ਅਕਾਲ ਬਾਈ, ਠੀਕ ਹੈ ਨਹੀਂ, ਪਰ ਤੁਹਾਨੂੰ ਸਮਝ ਆਊਗੀ, ਇਹ ਵੀ ਗੱਲ ਕਿਸੇ ਕੌਨਫੀਡੈਂਸ ਨਹੀਂ ਕਹਿੰਦਾ ਹੁੰਦਾ ਕੋਈ ਬੰਦਾ, ਐਵੇਂ ਤਾਂ ਕਹਿੰਦਾ ਨਹੀਂ ਹੁੰਦਾ, ਅਤੇ ਬਾਈ ਆਪਣੀਆਂ ਜਿਹੜੀਆਂ ਕਲਾਸਾਂ ਵਾ ਇਹ ਸਾਰੀਆਂ ਔਨਲਾਈਨ ਹੀ ਚੱਲਦੀਆਂ, ਔਨਲਾਈਨ, ਜਿਵੇਂ ਹੁਣ ਬਾਈ ਆਪਣੇ ਫਿਰੋਜ਼ਪੁਰ ਤੋਂ ਬੰਦੇ ਮੇਰੇ ਸਟੂਡੈਂਟ ਬਹੁਤ ਰਹੇ ਆ, ਬਠਿੰਡੇ ਤੋਂ ਬਹੁਤ ਰਹੇ ਆ, ਅੱਛਾ ਔਨਲਾਈਨ ਦੇਖੀ, ਔਨਲਾਈਨ ਹੀ ਆ ਸਾਰੀਆਂ, ਉਹ ਘਰੇ ਦੇਖੀ ਜਾਂਦੇ, ਬਸ ਕੀ ਆ ਬਾਈ ਜਦੋਂ ਇਹ ਜਿਵੇਂ ਜੁਆਇਨ ਕਰਨਾ ਪੈਂਦਾ, ਜੁਆਇਨ ਕਿਵੇਂ ਕਰ ਸਕਦੇ ਹੋ, ਵਟਸਐਪ ਆਪਣਾ ਜਿਹੜਾ ਨੰਬਰ ਦਿੱਤਾ ਹੋਇਆ ਇਹ 'ਤੇ ਸਿਰਫ ਜੁਆਇਨ ਲਿਖ ਕੇ ਮੈਸੇਜ ਕਰੋ, ਸਾਰੀ ਮੋਲਟਰੀ ਲੈਣੀ ਕਿ ਜਿਵੇਂ ਕਲਾਸ ਆ ਕੀ ਸਿਸਟਮ ਆ ਕੀ ਆਪਾਂ ਕਰ ਸਕਦੇ ਹਾਂ, ਕਿਵੇਂ ਕਲਾਸ ਲੱਗਣੀ ਆ, ਸਾਰੀ ਜ਼ੂਮ ਐਪਲੀਕੇਸ਼ਨ ਆ ਉਹਦੇ 'ਤੇ ਔਨਲਾਈਨ ਕਲਾਸ ਲੱਗਦੀ, ਔਨਲਾਈਨ ਕਿਵੇਂ ਵੀ ਤੁਸੀਂ ਫੋਨ ਲੈ ਕੇ ਬੈਠ ਜਾਣਾ, ਮੈਂ ਇੱਧਰੋਂ ਪੜਾਉਣਾ, ਤੁਹਾਨੂੰ ਸਾਰਾ ਫੋਨ 'ਤੇ ਰਹਿਣਾ, ਹੈੱਡਫੋਨ ਲਾ ਕੇ ਬਹਿ ਜਾਣਾ, ਸਾਰਾ ਕੁਛ ਉਹਦੇ ਥਰੂ ਹੀ ਚੱਲੀ, ਮਤਲਬ ਕਹਿਣ ਤੋਂ ਭਾਵੇਂ ਜੇ ਨਗਦੋਂ ਨਗਦ ਕਲਾਸ ਲਵਾਉਣੀ ਤਾਂ ਤੁਸੀਂ ਇੱਥੇ ਆ ਜਾਓ, ਹਾਂਜੀ, ਅਤੇ ਜੇ ਸੁੱਚੇ ਮੂੰਹ ਕਲਾਸ ਲਵਾਉਣੀ ਤਾਂ ਫਿਰ ਤੁਸੀਂ ਘਰੇ ਬੈਠੇ ਵੀ ਲਵਾ ਸਕਦੇ, ਘਰੇ ਬੈਠੇ ਬਾਈ ਬਹੁਤ ਆ, ਕਿਉਂਕਿ ਇੱਥੇ ਕੀ ਆ ਆਪਾਂ ਔਫਲਾਈਨ ਦਾ ਸਟਾਰਟ ਕੀਤਾ ਸੀ, ਔਫਲਾਈਨ 'ਚ ਪ੍ਰੋਬਲਮ ਬਹੁਤ ਆਉਂਦੀ ਹੈ ਬਾਈ, ਹੁਣ ਔਫਲਾਈਨ ਬਣਦਾ ਕਿਉਂਕਿ ਔਨਲਾਈਨ, ਔਫਲਾਈਨ 'ਚ ਕੀ ਪ੍ਰੋਬਲਮ ਆਉਂਦੀ ਆ, ਬੰਦਾ 10 ਵਜੇ ਕਲਾਸ ਸਟਾਰਟ ਹੋਊਗੀ, 20 ਜਣੇ 20 'ਚੋਂ 2 ਜਣੇ ਲੇਟ ਹੋ ਗਏ ਬਾਈ 10 ਮਿੰਟ, ਫਿਰ ਦੁਬਾਰਾ ਰਿਪੀਟ ਕਰਨਾ, ਔਨਲਾਈਨ 'ਚ ਕੀ ਸਿਸਟਮ ਆ, ਬੰਦਾ ਰਿਕਾਰਡਿੰਗ ਲੈ ਸਕਦਾ, ਜੇ ਕਲਾਸ ਮਿਸ ਹੋ ਗਈ ਕਿਤੇ ਗਏ ਆ ਨੈੱਟ ਨਹੀਂ ਚੱਲਿਆ ਫੋਨ ਖਰਾਬ ਹੋ ਗਿਆ, ਰਿਕਾਰਡਿੰਗ ਲੈ ਸਕਦੇ ਆ, ਔਫਲਾਈਨ 'ਚ ਕੀ ਆ ਬੰਦਾ ਭੱਜ ਗਿਆ, ਸਿਸਟਮ ਸਾਰਾ ਬਾਈ ਆਈ ਆ, ਆਏ ਨਹੀਂ ਹੈਗਾ ਵੀ ਮੈਂ ਉਹਦੇ 'ਤੇ ਅੱਡ ਬਣਾਉਣਾ ਉਹਦੇ 'ਤੇ ਅੱਡ ਬਣਾਉਣਾ, ਸੇਮ ਹੀ ਆ ਮੇਰੇ, ਜਿਵੇਂ ਮੇਰੇ ਸਟੂਡੈਂਟ ਆ, ਮੈਂ ਤਾਂ ਉਹਨਾਂ ਨੂੰ ਜ਼ਿਆਦਾ ਸਿਖਾਉਣਾ ਵੀ ਮੇਰੇ ਤੋਂ ਇਹ ਜ਼ਿਆਦਾ ਸਿੱਖ ਸਕਣ, ਆਈ ਨਹੀਂ ਮੇਰਾ ਵੀ ਹੈਗਾ ਵੀ ਔਨਲਾਈਨ ਘੱਟ ਸਿਖਾਉਣਾ ਔਫਲਾਈਨ, ਬਾਈ ਮੈਥ ਪਤਾ ਕੀ ਆਪਣੇ ਪੰਜਾਬ 'ਚ ਖਾਸ ਕਰਕੇ ਵੀ ਜੇ ਫੇਸ ਟੂ ਫੇਸ ਆ ਗਿਆ ਤਾਂ ਬਾਈ ਨੇ ਮੇਰੇ ਦਿਮਾਗ 'ਚ ਘੋਲ ਕੇ ਪਾ ਦੇਣਾ, ਜੇ ਮੈਂ ਔਨਲਾਈਨ ਸਿੱਖ ਲਿਆ ਤਾਂ ਸਿੱਖ ਨਹੀਂ ਆਉਣਾ, ਆਹ ਬੜਾ ਲੋਕ ਇਹੀ ਭਾਈ ਆਉਂਦੇ ਆ ਵੀ ਮੈਨੂੰ ਬਾਈ ਘੋਲ ਕੇ ਪਾ ਦੇ, ਘੋਲ ਕੇ ਵਾਲਾ ਸਿਸਟਮ ਇਹ ਨੀਗਾ, ਦਿਮਾਗ ਖੋਲ੍ਹ ਕੇ ਸਿੱਖੋਗੇ ਤਾਂ ਕੋਈ ਔਖੀ ਚੀਜ਼ ਨਹੀਂ। ਕਿੰਨੇ ਕਿੰਨੇ ਸਟੂਡੈਂਟ ਪੜ੍ਹ ਰਹੇ ਆ ਹੁਣ ਇਸ ਵਕਤ? ਇਸ ਵਕਤ ਬਾਈ ਔਫਲਾਈਨ ਹੈਗਾ ਮੇਰੇ ਕੋਲ 10 ਸਟੂਡੈਂਟ, ਅਤੇ ਔਨਲਾਈਨ ਬਾਈ ਮੇਰੇ ਕੋਲ ਹੈਗੇ 112 ਸਟੂਡੈਂਟ, ਔਨਲਾਈਨ 112 ਨੂੰ ਪੜ੍ਹਾ ਰਿਹਾ ਕਿਉਂਕਿ ਔਫਲਾਈਨ ਇੰਨੇ ਆ ਨਹੀਂ ਸਕਦੇ, ਜਿਕਰਾਂ ਹੁਣ ਬੰਦੇ ਸੀਗੇ ਇੱਥੋਂ ਆਪਣੇ ਕਿਤੇ ਬੈਠਾ ਮਰਜ਼ੀ ਸਿੱਖ ਲੈ, ਕੋਈ ਬਾਹਰਲੇ ਮੁਲਕ ਚ ਬਾਈ ਬਾਹਰਲੇ ਸਟੂਡੈਂਟ ਮੇਰੇ ਕੋਲ ਸਿੱਖਣ ਆਉਂਦੇ ਆ, ਆਪਣੇ ਕੀ ਆ ਸਟੂਡੈਂਟ ਬੇਸ 'ਤੇ ਜਿਹੜੇ ਗਏ ਆ ਬਾਹਰ, ਬਾਈ ਕੈਨੇਡਾ 'ਚ ਕੰਮ ਬਹੁਤ ਜ਼ਿਆਦਾ ਡਿਵੈਲਪ ਹੋ ਗਿਆ, ਉੱਪਰ ਜਾ ਰਿਹਾ, ਮੇਰੇ ਕੋਲ ਹਰੇਕ ਬੈਚ 10% ਲੋਕ ਜਿਵੇਂ ਸਟੂਡੈਂਟ ਬਾਹਰਲੇ ਹੁੰਦੇ ਆ ਕੈਨੇਡਾ ਦੇ, ਖਾਸ ਕਰਕੇ ਕੈਨੇਡਾ ਦੇ, ਅਮਰੀਕਾ ਕੈਨੇਡਾ ਦੇ, ਆਪਣੇ ਸੌਖੀ ਰੋਟੀ ਉੱਥੇ ਵੀ ਕਰਦੇ ਆ, ਸਾਡੇ ਰਿਸ਼ਤੇਦਾਰ ਆ ਉਹ 2 ਮੁੰਡੇ ਬਾਹਰ ਸੀਗੇ, ਉਹਨਾਂ ਨੂੰ ਮੈਂ ਸਿਖਾਇਆ ਬਾਈ, ਉਹ ਬਾਹਰ ਬੈਠੇ ਹੀ ਕਰਦੇ ਆ, ਕੀ ਆ ਉਹ ਕੀ ਕਹਿੰਦੇ ਆ ਬਾਈ ਅਸੀਂ ਮਹੀਨੇ ਦਾ $3,000 ਕਮਾਉਂਦੇ ਹਾਂ, 1000 ਅਸੀਂ ਉੱਧਰ ਇਨਵੈਸਟ ਕਰੀ ਜਾਂਦੇ ਹਾਂ, ਸਾਨੂੰ ਇੱਧਰੋਂ ਪੈਸੇ ਇਨਕਮ ਆਈ ਜਾਂਦੀ ਹੈ, ਹੁਣ ਕੀ ਆ ਬਾਈ ਬਿਜ਼ਨਸ ਚਲਾਉਣ 'ਤੇ ਆ, ਜੇ ਆਪਾਂ ਇੱਕ ਬਿਜ਼ਨਸ 'ਤੇ ਬੈਠਾਂਗੇ ਉਹ ਕੱਲ੍ਹ ਨਹੀਂ ਬਣਦੀ, ਜਿੰਨੇ ਜ਼ਿਆਦਾ ਚਲਾਉਂਗੇ 3-4 ਚਲਾਉਂਗੇ ਇਨਕਮ ਸਾਰੇ ਪਾਸੇ ਆਊਗੀ, ਬੰਦਾ ਉਨਾ ਉੱਪਰ ਜਾਊਗਾ, ਬਾਕੀ ਮਾਲਕ ਦੀ ਕਿਰਪਾ ਹੋਣੀ ਚਾਹੀਦੀ। ਨਹੀਂ ਸੋਹਣਾ ਕੰਮ ਆ, ਮੈਂ ਇਸ ਕੰਮ 'ਤੇ ਵਿਸ਼ਵਾਸ ਕਰਦਾ, ਹਾਂਜੀ, ਬਹੁਤ ਲੋਕਾਂ ਦੇ ਪੈਸੇ ਸਟੋਕ ਮਾਰਕੀਟ ਦੇ ਵਿੱਚ ਅਣਜਾਣ ਪੁਣੇ 'ਚ ਲਾ ਕੇ ਖਰਾਬ ਹੋਏ ਆ, ਬਹੁਤ ਬੀਮੇ ਏਜੰਟਾਂ ਨੇ ਬੜੇ ਲੋਕਾਂ ਦੇ ਪੈਸੇ ਖਰਾਬ ਕੀਤੇ, ਕਿਉਂਕਿ ਸਾਨੂੰ ਸਮਝ ਹੀ ਨਹੀਂ ਸਾਡਾ ਪੈਸਾ ਕਿੱਥੇ ਲੱਗ ਰਿਹਾ, ਉਹ ਕੀ ਕਰਦੇ ਆ ਚੱਕਦੇ ਆ, ਲੈ ਵੀ ਤੁਹਾਡਾ ਪੈਸਾ ਇੰਨਾ ਲੱਗ ਗਿਆ ਸ਼ੇਅਰਾਂ 'ਚ, ਹਾਂਜੀ ਹਾਂਜੀ, ਚੱਕਣਾ ਕਤਾ ਕਦੋਂ ਆ,
ਅੱਜ ਲਾਇਆ 3 ਸਾਲਾਂ ਨੂੰ ਹਾਂਜੀ ਅੱਜ ਤਾਂ ਲਾਇਆ ਪੈਸਾ 3 ਸਾਲਾਂ ਨੂੰ ਬੁਲਾ ਰਹੇ ਆ ਉਹ ਕੀ ਪਤਾ ਕੀ ਹੋਈ ਜਾਂਦਾ ਫਿਰ ਪੈਸੇ ਉਹੀ ਗੱਲ ਹੈ ਬਾਈ ਠੀਕ ਹੈ ਅੱਜ ਦਾ ਪੈਸਾ ਲਾਇਆ ਆਥਣ ਤੱਕ ਜੇ 50,000 ਲਾਇਆ ਨੰਜਾ ਰਹਿ ਜੂ ਤੈਨੂੰ ਪਤਾ ਤਾਂ ਲੱਗ ਗਿਆ ਨੰਜਾ ਰਹਿ ਤੂੰ ਚੱਕ ਲਿਆ 52 ਬਣ ਗਿਆ ਉਹ ਵੀ ਪਤਾ ਆਪਾਂ ਨੂੰ ਉਹ ਵੀ ਪਤਾ ਹੈ ਤੇ ਕਿੱਥੇ ਤਾਂ ਤੂੰ 1,000 ਘਟੇ ਤੋਂ ਚੱਕ ਲਿਆ ਜੇ ਤੈਨੂੰ ਘਟਣ ਘਾਟਾ ਵੀ ਪਿਆ 1,000 ਦੇ ਬਾਕੀ ਬਾਈ ਆਪਾਂ ਕਿਸੇ ਥਰੂ ਨਹੀਂ ਲਾਉਣਾ ਆਪਾਂ ਆਪ ਲਾਉਣਾ ਆਪਾਂ ਆਪ ਲਾਉਣਾ ਆ ਹੀ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਬੰਦੇ ਨੂੰ ਵਿੱਚ ਪਾਇਆ ਹੋਇਆ ਸਿਰਫ ਆਪਾਂ ਅਕਾਊਂਟ ਤੇ ਜਾਣਾ ਆਪਦਾ ਲੌਗਇਨ ਕਰਨਾ ਪੈਸੇ ਉਹ ਚੈਟ ਕੀਤੇ ਹੋਏ ਆ ਤਾਂ ਆਪਾਂ ਸਿਰਫ ਬਹੁਤ ਬੰਦੇ ਆ ਉਹ ਕਹਿੰਦੇ ਬਈ ਅਸੀਂ ਐਂ ਨਹੀਂ ਦੇਖਦੇ ਵੀ ਜੇ ਸਾਡਾ ਅੱਜ 500 ਘਟ ਗਿਆ ਤਾਂ ਇਹਨੂੰ ਅਸੀਂ ਘਾਟਾ ਮੰਨਦੇ ਆ ਅਸੀਂ ਓਵਰਆਲ ਦੇਖਦੇ ਆ ਕਿ ਮਹੀਨੇ ਦੇ ਵਿੱਚ ਅਸੀਂ 40,000 ਰੁਪਈਆ ਬਣਾਇਆ ਸੀ ਤੇ ਜੇ ਸਾਡਾ 10 ਘਟ ਗਿਆ 30 ਸਾਨੂੰ ਬਚ ਗਿਆ ਉਹ ਉਹੀ ਸਿਸਟਮ ਆ ਬਾਈ ਉਹੀ ਮੈਂ ਸਿਖਾਉਣਾ ਵੀ ਆਪਾਂ 30 ਤੱਕ ਕਿਵੇਂ ਪਹੁੰਚਣਾ ਹਾਂ ਜਿਵੇਂ ਹੁਣ ਆਪਾਂ 40 ਚੋਂ 10 ਘਟ ਕੇ 30 ਤੱਕ ਕਿਵੇਂ ਪਹੁੰਚਣਾ 30 ਤੋਂ ਪਹੁੰਚਣਾ ਉਹੀ ਮੈਂ ਸਿਖਾਉਣਾ ਕਿਉਂਕਿ ਉਹ ਬਾਈ ਕੋਈ ਵੀ ਬੰਦਾ ਆਈ ਨਹੀਂ ਹੈਗਾ ਵੀ ਨਵਾਂ ਬੰਦਾ ਆ ਕੇ ਬੇਨੂੰ ਕਰ ਲੈ ਥੋੜਾ ਜਿਹਾ ਬੰਦਾ ਕੀ ਹੈ ਚ 18-20 ਸਾਲ ਤੋਂ ਉੱਪਰ ਹੋਣਾ ਚਾਹੀਦਾ ਕਿਉਂਕਿ ਬੱਚੇ ਇਹਨੂੰ ਕਰ ਨਹੀਂ ਸਕਦਾ ਨਾ 18 ਸਾਲ ਤੋਂ ਘੱਟ ਕਿਸੇ ਦਾ ਅਕਾਊਂਟ ਖੋਲਦਾ ਲੇਕਿਨ ਇਹ ਬੈਂਕ ਨੂੰ ਅਕਾਊਂਟ ਹੀ ਹੈ ਬਾਈ ਆਈ ਨਹੀਂ ਹੈਗਾ ਵੀ ਕੋਈ ਫਰਾਡ ਆ ਕੋਈ ਇਹ ਆ ਅਕਾਊਂਟ ਆ ਜਿਵੇਂ HDFC ਚ ਖੋਲ HDFC ਦਾ ਕਿੱਡਾ ਨਾਮ ਆ ਬਾਈ ਬੈਂਕ ਦਾ ਉਹਦੇ ਬ੍ਰੋਕਰ ਚ ਖੋਲ ਬੈਂਕ ਆ ਉਹਨਾਂ ਕੋ ਵੀ ਮੈਂ ਬ੍ਰੋਕਰ ਦਾ ਅਕਾਊਂਟ ਖੋਲਾਂ ਡੀਮਟ ਅਕਾਊਂਟ ਖੋਲ ਦਿੰਦੇ ਆ ਕੀ ਬਾਤ ਆ ਬਾਈ ਜਿਵੇਂ ਬਹੁਤ ਚੰਗਾ ਲੱਗਿਆ ਵੀਰੇ ਮਿਲ ਕੇ ਮੈਨੂੰ ਐ ਲੱਗਦਾ ਕਿ ਜਾਣਕਾਰੀ ਥੋੜੀ ਖੁੱਲੀ ਆ ਮੈਨੂੰ ਇਹ ਚ ਇੰਟਰਸਟ ਕਰਕੇ ਮੈਂ ਤੁਹਾਡੇ ਤੋਂ ਜ਼ਿਆਦਾ ਸਵਾਲ ਪੁੱਛੀ ਜਾਣਾ ਤੇ ਜ਼ਿਆਦਾ ਲੰਬਾ ਹੋ ਜਾਊਗਾ ਵੀਰੇ ਸੋਨਾ 20 ਮਿੰਟ ਦੀ ਵੀਡੀਓ ਹੋ ਗਈ ਹੋਗੀ ਹੈ ਨਾ ਬਾਈ ਤੇ ਬਾਈ ਜਿਵੇਂ ਫਿਰ ਕਿਸੇ ਦਿਨ ਫਿਰ ਬੈਠਦੇ ਆ ਠੀਕ ਹੈ ਬਹੁਤ ਧੰਨਵਾਦ ਬਾਈ ਤੇਰਾ ਜੇ ਸੱਜਣੋ ਕਿਸੇ ਵੀ ਬੰਦੇ ਨੇ ਕਲਾਸਾਂ ਲੈਣੀਆਂ ਬਾਈ ਜੱਸੇ ਦਾ ਨੰਬਰ ਦੇਤਾ ਬੇਫਿਕਰ ਹੋ ਕੇ ਫੋਨ ਕਰ ਦਿਓ ਮੇਰਾ ਨਾਂ ਲੈ ਲਿਓ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ।